ਜਦੋਂ ਕੋਈ ਵੀ ਕੁੜੀ ਵਿਆਹ ਕੇ ਦੂਜੇ ਘਰ ਜਾਂਦੀ ਆ ਹਨਾ ਤਾਂ ਉਥੇ ਅਡਜਸਟਮੈਂਟ ਦੇ ਵਿੱਚ ਉਹਦਾ ਹਸਬੰਡ ਤਾਂ ਬਹੁਤ ਵੱਡਾ ਰੋਲ ਪਲੇ ਕਰਦਾ ਹੀ ਆ ਉਸ ਮੈਂਬਰ ਤੋਂ ਇਲਾਵਾ ਮੇਨ ਲੱਗਦਾ ਇੱਕ ਮੈਂਬਰ ਹੋਰ ਹੁੰਦਾ ਘਰ ਦੇ ਵਿੱਚ ਜਿਹੜਾ ਕਿ ਉਹਨੂੰ ਉਸ ਘਰ ਦੇ ਵਿੱਚ ਅਡਜਸਟ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਉਹਨਾਂ ਨੂੰ ਦਹੁੰਦੀ ਆ ਮਾਵਾਂ ਹੁਣ ਨਾਲ ساری ਉਮਰ ਦੇ ਪੱਕੇ ਹੁੰਦੇ ਨੇਗੇ ਹਨਾ ਪਰ ਬਹੁਤ ਸਾਰੀਆਂ ਬੋਲੀਆਂ ਵੀ ਹੁੰਦੀਆਂ ਕਿ ਜੁਗ ਜੀਣ ਵੱਡੀਆਂ ਪਰਝਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ ਹਨਾ ਵੀ ਜੇ ਤੁਹਾਡਾ ਭਰਾ ਪਰਝਾਈ ਦੇ ਨਾਲ ਤੁਹਾਡੀ ਸੋਣੀ ਨਿਭਦੀ ਆ ਤਾਂ ਤੁਹਾਡੇ ਪੇਕੇ ਸਾਰੀ ਉਮਰ ਦੇ ਉਹਨਾਂ ਦੇ ਨਾਲ ਵੀ ਰਹਿੰਦੇ ਨੇ ਜੇ ਨਨਾਨ ਛੋਟੀ ਆ ਹਨਾ ਤਾਂ ਉਹਨੂੰ ਵੀ ਇਹ ਕਦੀ ਨਹੀਂ ਸਮਝ ਲੈਣਾ ਚਾਹੀਦਾ ਵੀ ਅੱਜ ਮੇਰਾ ਇਸ ਘਰ 'ਚ ਕਬਜ਼ਾ ਹੈਗਾ ਤਾਂ ਜਿਹੜੀ ਨਵੀਂ ਆਈ ਆ ਮਤਲਬ ਉਹਨੂੰ ਤੁਸੀਂ ਇਹੋ ਜਿਹੇ ਹਾਲਾਤ ਉਹਦੇ ਲਈ ਪੈਦਾ ਕਰ ਦੋ ਵੀ ਕਈ ਵਾਰ ਆਪਾਂ ਸੁਣਨ ਨੂੰ ਮਿਲਦਾ ਵੀ ਨਨਾਨ ਘਰੇ ਕੁਆਰੀ ਆ ਤੇ ਉਹ ਜਿਹੜੀ ਸੱਸ ਨਾਲ ਮਿਲ ਕੇ ਪਰਜਾਈ ਨੂੰ ਦੋਵੇਂ ਟਿਕਣ ਨਹੀਂ ਟਿਕਣ ਨਹੀਂ ਦਿੰਦੀਆਂ ਕਈ ਨਨਦ ਪਰਜਾਈ ਦੇ ਰਿਸ਼ਤੇ ਇੰਨੇ ਵੀ ਹੁੰਦੇ ਨੇ ਕਿ ਇੰਨੇ ਵੀ ਮਤਲਬ ਮਾੜੇ ਨਿਕਲ ਜਾਂਦੇ ਨੇ ਕਿ ਬੰਦਾ ਸੋਚਦਾ ਵੀ ਸ਼ੁਕਰ ਆ ਇਹ ਵਾਕੇ ਕਿਸੇ ਹੋਰ ਘਰ ਹੀ ਦੇ ਹਨਾ ਨਹੀਂ ਕਈ ਨਨਦ ਪਰਜਾਈ ਦੇ ਰਿਸ਼ਤੇ ਇਦਾਂ ਵੀ ਹੁੰਦੇ ਨੇ ਕਿ ਜਦੋਂ ਨਨਦ ਦਾ ਵਿਆਹ ਹੁੰਦਾ ਸਭ ਤੋਂ ਵੱਧ ਰੋਂਦੀਆਂ ਪਰਜਾਈਆਂ ਹੁੰਦੀਆਂ ਨੇ ਕਈ ਮਸਲਿਆਂ 'ਚ ਮੈਨੂੰ ਇਹ ਲੱਗਦਾ ਹੁੰਦਾ ਵੀ ਪਰਜਾਈਆਂ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਭੂਮਿਕਾ ਹੈ ਨਾ ਉਹ ਗਲਤ ਨਿਭਾਉਣ ਲੱਗ ਜਾਂਦੀਆਂ ਨੇ ਆਪਾਂ ਕਹਿੰਨੇ ਉਹਨਾਂ ਵੀ ਯਾਰ ਪੇਕਿਆਂ ਨੂੰ ਦੱਸ ਤਾਂ ਦਈਏ ਪਰ ਮੁੜ ਕੇ ਪਰਜਾਈਆਂ ਤਾਨੇ ਵਾਰ ਮਾਰਦੀਆਂ ਨੇ ਤਾਂ ਮੈਨੂੰ ਲੱਗਦਾ ਵੀ ਪਰਜਾਈਆਂ ਵੀ ਕਿਤੇ ਨਾ ਕਿਤੇ ਈਰਖਾ ਕਰਨ ਲੱਗ ਜਾਂਦੀਆਂ ਨੇ ਤੁਸੀਂ ਲੱਖ ਕੋਸ਼ਿਸ਼ ਕਰ ਲਓ ਫਿਰ ਜੇ ਅੱਗੋਂ ਭਰਜਾਈ ਨਹੀਂ ਤੁਹਾਡੇ ਨਾਲ ਵਰਤਣਾ ਚਾਹੁੰਦੀ ਤਾਂ ਫਿਰ ਤੁਸੀਂ ਉਸ ਰਿਸ਼ਤੇ ਨੂੰ ਕਦੀ ਸੋਨਾ ਨਹੀਂ ਬਣਾ ਸਕਦੇ। ਪੇਕੇ ਸੱਚੀ ਭਰਜਾਈਆਂ ਨਾਲ ਹੁੰਦੇ ਆ ਤੇ ਭਰਜਾਈਆਂ ਨੂੰ ਵੀ ਚਾਹੀਦਾ ਵੀ ਨਣਾਨਾ ਦਾ ਮੋਹ ਕਰਨ ਜਿਵੇਂ ਹੋਣਾ ਆ ਮਹੀਨੇ ਜਿਹੜੇ ਆਉਣ ਵਾਲੇ ਨੇ। ਮੈਨੂੰ ਲੱਗਦਾ ਵੀ ਵੱਧ ਤੋਂ ਵੱਧ ਦੇਖ ਕੇ ਆਇਓ। ਇਹ ਕਿਤੇ ਤੁਸੀਂ ਬਹਾਨੇ ਦੇ ਨਾਲ ਤਾਂ ਨਹੀਂ ਕਿਹਾ। ਸੱਚੀ ਕਾਲ ਮੈਂ ਗੁਰਦੀਪ ਗਰੇਵਾਲ ਤੁਸੀਂ ਦੇਖ ਰਹੇ ਹੋ ਵੀ ਸੋਸ਼ਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਉਮੀਦ ਹੈ ਠੀਕ-ਠਾਕ ਹੋਵੋਗੇ ਹਮੇਸ਼ਾ ਦੀ ਤਰ੍ਹਾਂ ਅਸੀਂ ਹਰ ਐਤਵਾਰ ਲੈ ਕੇ ਆਉਂਦੇ ਆਂ ਪ੍ਰੋਗਰਾਮ ਗੱਲ ਤੇ ਗੱਲ ਤੇ ਇਸ ਐਤਵਾਰ ਵੀ ਫਿਰ ਤੋਂ ਹਾਜ਼ਰ ਹੋ ਗਏ ਆ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਵੇਂ ਅਕਸਰ ਆਪਾਂ ਰਿਸ਼ਤਿਆਂ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਆਂ ਤੇ ਅੱਜ ਜਿਸ ਰਿਸ਼ਤੇ ਦੀ ਅਸੀਂ ਗੱਲਬਾਤ ਕਰਨ ਜਾ ਰਹੇ ਆ ਉਹ ਹੈ ਨਣਦੇ ਤੇ ਭਜਾਈ ਦਾ ਰਿਸ਼ਤਾ ਜਦੋਂ ਕਿਸੇ ਘਰੇ ਕੁੜੀ ਵਿਆਹ ਕੇ ਆਉਂਦੀ ਆ ਤਾਂ ਉਸ ਸਵਾਗਤ ਦੇ ਵਿੱਚ ਨਾ ਬਹੁਤ ਸਾਰੀਆਂ ਬੋਲੀਆਂ ਨੇ ਜਿਹੜੀਆਂ ਬੜੀਆਂ ਹੋਈਆਂ ਨੇ ਵੀ ਨਣਦ ਨੇ ਪਰਜਾਈ ਦਾ ਸਵਾਗਤ ਜਦੋਂ ਕਰਨਾ ਜਾਂ ਪਰਜਾਈ ਹੈ ਜਿਹੜੀ ਉਹ ਨਣਦ ਨੂੰ ਕੀ ਕਹਿੰਦੀ ਆ ਹਨਾ ਉਸ ਟਾਈਮ ਤੇ ਬਹੁਤ ਖੂਬਸੂਰਤ ਬੋਲੀਆਂ ਨੇ ਤੋਂ ਵੈਲਕਮ ਦਾ ਬਹੁਤ ਸੋਹਣਾ ਹੁੰਦਾ ਪਰ ਕਈ ਵਾਰ ਪਿੱਛੋਂ ਦੀ ਕਹਾਣੀ ਕੁਝ ਹੋਰ ਹੋ ਜਾਂਦੀ ਆ ਕਿਉਂ ਹੋ ਜਾਂਦੀ ਆ ਕਿਉਂ ਨਹੀਂ ਹੋਣੀ ਚਾਹੀਦੀ ਜਾਂ ਜਿਹੜੇ ਖੂਬਸੂਰਤ ਰਿਸ਼ਤੇ ਇਹ ਨਿਭਦੇ ਨੇ ਅੱਜ ਅਸੀਂ ਉਹਨਾਂ ਦੀ ਗੱਲਬਾਤ ਕਰਾਂਗੇ ਪਹਿਲਾਂ ਭੈਣ ਰੁਪਿੰਦਰ ਸੰਧੂ ਹਰਾਂ ਦਾ ਸੀ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਗਿਰਦੀ ਕਿਵੇਂ ਹੋ ਤੁਸੀਂ ਦੀ ਹੈ ਠੀਕ ਠਾਕ ਜਿਵੇਂ ਤੁਹਾਡੇ ਕੋਈ ਸਕੀਨ ਨੰਦ ਨਹੀਂ ਹੈਗੀ ਸੱਚ ਪਹਿਲਾਂ ਮੈਂ ਅੱਜ ਤੁਹਾਨੂੰ ਇਹ ਕਹਿਦਾ ਵੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਮੈਨੂੰ ਲੱਗਦਾ ਤੁਹਾਡੇ ਤੇ ਅਸਰ ਹੋ ਗਿਆ ਹਾਂ ਕਿਸੇ ਭੈਣ ਨੇ ਕਮੈਂਟ ਕੀਤਾ ਕਹਿੰਦੇ ਕੀ ਗੱਲ ਵੀ ਹਰ ਵਾਰ ਰੁਪਿੰਦਰ ਭੈਣੀ ਗੁੱਡੀ ਭੈਣ ਦੀ ਤਾਰੀਫ ਕਰਦੀ ਨਾਲੇ ਰੁਪਿੰਦਰ ਭੈਣ ਦੇ ਸੂਟ ਇੰਨੇ ਸੋਹਣੇ ਹੁੰਦੇ ਨੇ ਹਨਾ ਅੱਛਾ ਨੇ ਵੈਸੇ ਸੂਟਾਂ ਵਾਲੀ ਗੱਲ ਤਾਂ ਇਹ ਆ ਵੀ ਇਹ ਤਾਂ ਬੰਦੇ ਨੂੰ ਮਰਮਾਨ ਹੋ ਜਾਂਦਾ ਇਹ ਨਹੀਂ ਕਹਿਣੀ ਚਾਹੀਦੀ ਪਰ ਸੱਚੀ ਤੁਸੀਂ ਸੋਹਣੇ ਲੱਗ ਰਹੇ ਹੋ ਥੈਂਕ ਯੂ ਤੇ ਭੈਣੇ ਤੁਹਾਡੀ ਸਕੀਨਨਦ ਤੋਂ ਕੋਈ ਹੈ ਨਹੀਂ ਤੇ ਜਦੋਂ ਤੁਸੀਂ ਸੌਰੇ ਘਰੇ ਵਿਆਹ ਕੇ ਆਏ ਸੀਗੇ ਤਾਂ ਤੁਹਾਡਾ ਇਸ ਰਿਸ਼ਤੇ ਦਾ ਕੋਈ ایکسپੀਰੀਅੰਸ ਹੈ ਤੇ ਤੁਹਾਨੂੰ ਕਿਵੇਂ ਵੈਲਕਮ ਕੀਤਾ ਗਿਆ ਸੀ ਗਰਦੀਪਾ ਮੇਰੇ ਤਾਂ ਨਾ ਕੋਈ ਜਠਾਣੀਆਂ ਨਾ ਦਰਾਣੀਆਂ ਨਾ ਕੋਈ ਨਨਦਾ ਹਨ ਪਰ ਹਾਂ ਇਹ ਹੈਗਾ ਵੀ ਬਹੁਤ ਸਾਰੀਆਂ ਕੁੜੀਆਂ ਤੁਹਾਨੂੰ ਪਰਿਵਾਰ ਚ ਮਿਲਦੀਆਂ ਨੇ ਜਿਦੇ ਚੁ ਕੁਝ ਤੁਹਾਡੇ ਮਾਸੀਆਂ ਦੀਆਂ ਨੋਆ ਹੁੰਦੀਆਂ ਕੁੜੀਆਂ ਹੁੰਦੀਆਂ ਨੇ ਹਨਾ ਘਰ ਵਾਲੇ ਦੀਆਂ ਕੁਝ ਭੂਆ ਦੀਆਂ ਤਾਂ ਸਾਡੇ ਪਰਿਵਾਰ ਚ ਵੀ 7-8 ਕੁੜੀਆਂ ਐਵੇਂ ਦੀਆਂ ਹੈਗੀਆਂ ਨੇ ਹੂੰ ਤੇ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਕੋਈ ਮੁੰਡਾ ਕੱਲਾ ਹੁੰਦਾ ਹਨਾ ਫਿਰ ਉਹਦੇ ਜਿਹੜੇ ਰਿਸ਼ਤੇਦਾਰਾਂ ਚੋਂ ਭੈਣਾ ਲੱਗਦੀ ਉਹਨਾਂ ਨੂੰ ਸੱਚੀ ਬਹੁਤ ਚਾਹ ਹੁੰਦਾ ਵੀ ਅੱਛਾ ਸਾਡੇ ਉਸ ਭਰਾ ਦਾ ਵਿਆਹ ਹੈ ਹਨਾ ਤਾਂ ਮੈਨੂੰ ਜਿਹੜੀਆਂ ਮਿਲੀਆਂ ਕੁੜੀਆਂ ਸਾਡੇ ਘਰ ਚ ਜੀਚੋ 2-3 ਸਾਡੀ ਮਾਸੀ ਦੀਆਂ ਕੁੜੀਆਂ ਨੇ ਤੇ ਖਾਸ ਕਰਕੇ ਇਹਨਾਂ ਦੀਆਂ ਜਿਵੇਂ ਭੂਆ ਦੀਆਂ ਕੁੜੀਆਂ ਹਨਾ ਉਹਨਾਂ ਨਾਲ ਮਤਲਬ ਮੈਨੂੰ ਬਹੁਤ ਸਾਰਾ ਕੁਝ ਮੇਰਾ ਵਧੀਆ ਉਹਨਾਂ ਨਾਲ ਬਹੁਤ ਪਿਆਰ ਹੈ ਤੇ ਸ਼ੁਰੂ-ਸ਼ੁਰੂ ਚ ਮੈਨੂੰ ਲੱਗਦਾ ਹੁੰਦਾ ਵੀ ਐਵੇਂ ਚੱਲੋ ਆਪਾਂ ਹਰ ਵਾਰ ਕਹਿੰਦੇ ਆ ਵੀ ਆਪਾਂ ਆਪਣੀਆਂ ਤਰੀਫਾਂ ਕਰਦੇ ਰਹਨੇ ਆ ਜਾਂ ਆਪਣੇ ਘਰ ਦੀਆਂ ਗੱਲਾਂ ਤਾਂ ਸਾਰਿਆਂ ਦੀਆਂ ਹੀ ਮੇਰੇ ਨਾਲ ਐਵੇਂ ਬਣਦੀ ਹੈ ਜਿਵੇਂ ਵੀ ਅਸੀਂ ਆਪਸ ਵਿੱਚ ਸਹੇਲੀਆਂ ਹੋਈਏ ਹਨਾ ਤਾਂ ਕੁਝ ਹਾਲੇ ਤੱਕ ਇਹੋ ਜਿਹਾ ਖਟਾਸ ਵਾਲਾ ਨਹੀਂ ਹੋਇਆ ਪਰ ਸ਼ਾਇਦ ਇਸ ਕਰਕੇ ਵੀ ਨਹੀਂ ਹੋਇਆ ਵੀ ਥੋੜੇ ਜਿਹਾ ਦੂਰ ਦੇ ਰਿਸ਼ਤੇ ਹੁੰਦੇ ਨੇ ਨਾ ਸ਼ਾਇਦ ਕੋਈ ਆਪਣੀ ਨਾਨਣ ਹੁੰਦੀ ਤਾਂ ਹੋ ਸਕਦਾ ਸੀਗਾ ਹੂੰ ਮੈਨੂੰ ਇਹ ਲੱਗਦਾ ਹੁੰਦਾ ਭੈਣੇ ਵੀ ਜਦੋਂ ਕੋਈ ਵੀ ਕੁੜੀ ਵਿਆਹ ਕੇ ਦੂਜੇ ਘਰ ਜਾਂਦੀ ਆ ਹਨਾ ਤਾਂ ਉੱਥੇ ਐਡਜਸਟਮੈਂਟ ਦੇ ਵਿੱਚ ਉਹਦਾ ਹਸਬੰਡ ਤਾਂ ਬਹੁਤ ਵੱਡਾ ਰੋਲ ਪਲੇ ਕਰਦਾ ਹੀ ਆ ਵੀ ਚਲੋ ਉਹਦੇ ਥਰੂ ਉਹ ਸਾਰੇ ਮੈਂਬਰਾਂ ਦੇ ਨਾਲ ਕੋਲ ਮਿਲ ਜਾਂਦੀ ਆ ਜਾਂ ਬਹੁਤ ਸਾਰੀਆਂ ਚੀਜ਼ਾਂ ਕਰਦੀਆਂ ਹਨਾ ਤਾਂ ਹਰ ਇੱਕ ਦੇ ਸੁਭਾਅ ਬਾਰੇ ਹਰ ਇੱਕ ਦੀ ਪਸੰਦ ਨਾ ਪਸੰਦ ਬਾਰੇ ਘਰ ਵਾਲਾ ਘਰ ਵਾਲੀ ਨੂੰ ਦੱਸ ਦਿੰਦਾ ਆ ਹਨਾ ਜਾਂ ਬਹੁਤ ਸਾਰੀਆਂ ਚੀਜ਼ਾਂ ਉਹ ਆਪਣੇ ਘਰ ਵਾਲੀ ਦੀਆਂ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਕਨਵੇ ਕਰ ਦਿੰਦਾ ਹਨਾ ਵੀ ਨਹੀਂ ਉਹਨੂੰ ਇਦਾਂ ਨਹੀਂ ਵਧੀਆ ਲੱਗਦਾ ਜਾਂ ਉਹਦੇ ਲਈ ਆ ਮਾਹੌਲ ਹੋਣਾ ਚਾਹੀਦਾ ਉਸ ਮੈਂਬਰ ਤੋਂ ਇਲਾਵਾ ਮੈਨੂੰ ਲੱਗਦਾ ਇੱਕ ਮੈਂਬਰ ਹੋਰ ਹੁੰਦਾ ਘਰ ਦੇ ਵਿੱਚ ਜਿਹੜਾ ਕਿ ਉਹਨੂੰ ਉਸ ਘਰ ਦੇ ਵਿੱਚ ਅਡਜਸਟ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਉਹਨਾਂ ਨੂੰ ਦਹੁੰਦੀ ਆ ਤੇ ਇੱਕ ਤਾਂ ਇਹ ਹੁੰਦਾ ਕਿ ਜਦੋਂ ਤੁਹਾਨੂੰ ਹਮ ਉਮਰ ਮਿਲ ਜਾਂਦਾ ਬੰਦਾ ਹਨਾ ਵਿੱਚ ਮੰਨ ਲਓ ਤੁਹਾਡੀ ਨਣ ਦੇਦੀ ਉਮਰ ਤੁਹਾਡੇ ਤੋਂ 2-4 ਸਾਲ ਛੋਟੀ ਆ ਜਾਂ 2-4 ਸਾਲ ਵੱਡੀ ਆ ਹਨਾ ਤੁਸੀਂ ਇੱਕ ਭੈਣਾਂ ਦੀ ਤਰ੍ਹਾਂ ਵੀ ਵਰਤ ਸਕਦੇ ਹੋ ਤਾਂ ਤੁਸੀਂ ਆਪਸ ਦੇ ਵਿੱਚ ਸਹੇਲੀਆਂ ਦੀ ਤਰ੍ਹਾਂ ਵੀ ਰਹਿ ਸਕਦੇ ਹੋ ਹਨਾ ਤੇ ਜਿਹੜੇ ਘਰ ਦੀ ਕੁੜੀ ਹੁੰਦੀ ਆ ਤੁਹਾਡੀ ਨਣਦ ਹੁੰਦੀ ਆ ਪਰਿਵਾਰ ਦਾ ਇੱਕ ਉਹ ਮੈਂਬਰ ਹੁੰਦਾ ਜਿਹਦੀ ਸਾਰੇ ਗੱਲ ਮੰਨ ਲੈਂਦੇ ਨੇ ਤੇ ਜਿਹੜਾ ਮੰਨ ਲਓ ਕਿਤੇ ਮਾਹੌਲ ਗਰਮ ਹੋ ਗਿਆ ਜਾਂ ਕੁਛ ਔਖੀ ਸੌਖੀ ਕੋਈ ਗੱਲ ਹੋ ਗਈ ਤਾਂ ਉਹ ਇੱਕ ਉਹ ਮੈਂਬਰ ਹੁੰਦਾ ਜਿਹੜਾ ਸਾਰੇ ਘਰ ਦੇ ਮੈਂਬਰਾਂ ਨੂੰ ਟਿਕਾ ਲੈਂਦਾ ਆ ਹਨਾ ਤੇ ਬਾਕੀ ਸਾਰੇ ਮੈਂਬਰਾਂ ਦੇ ਵਿੱਚ ਉਹ ਥਬਾਕ ਵੀ ਬਣਾ ਕੇ ਰੱਖਦਾ ਹਨਾ ਤਾਂ ਇਹ ਰਿਸ਼ਤਾ ਮੈਨੂੰ ਲੱਗਦਾ ਕਿ ਜਿਵੇਂ ਇੱਕ ਔਰਤ ਦੀ ਜ਼ਿੰਦਗੀ ਦੇ ਵਿੱਚ ਇੱਕ ਉਹਦੇ ਪਤੀ ਦਾ ਰਿਸ਼ਤਾ ਬਹੁਤ ਖੂਬਸੂਰਤ ਜਾਂ ਬਹੁਤ ਨੇੜੇ ਦਾ ਹੁੰਦਾ ਤਾਂ ਇੱਕ ਪਰਜਾਈ ਦੀ ਜ਼ਿੰਦਗੀ ਦੇ ਵਿੱਚ ਤਾਂ ਇੱਕ ਨਣਦ ਦਾ ਹੋਣਾ ਮਿਲਦਾ ਕਿ ਸਭ ਤੋਂ ਵੱਡੀ ਖੂਬਸੂਰਤੀ ਹੁੰਦੀ ਹੈ ਤੇ ਉਹਦੇ ਲਈ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਹੈ ਹਨਾ ਜਾਂ ਇੱਕ ਨਣਦ ਦੇ ਲਈ ਪਰਜਾਈ ਸਭ ਤੋਂ ਨੇੜੇ ਹੁੰਦੀ ਆ ਹਨਾ ਆਪਾਂ ਕਹਿੰਦੇ ਹੁੰਨੇ ਆ ਕਿ ਅ ਮਾਵਾ ਹੁਣ ਨਾਲ ساری ਉਮਰ ਦੇ ਪੱਕੇ ਹੁੰਦੇ ਨੇਗੇ ਹਨਾ ਪਰ ਬਹੁਤ ਸਾਰੀਆਂ ਬੋਲੀਆਂ ਵੀ ਹੁੰਦੀਆਂ ਕਿ ਜੁਗ ਜੀਣ ਵੱਡੀਆਂ ਪਰਝਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ ਹਨਾ ਵੀ ਜੇ ਤੁਹਾਡਾ ਭਰਾ ਪਰਝਾਈ ਦੇ ਨਾਲ ਤੁਹਾਡੀ ਸੋਣੀ ਨਿਭਦੀ ਆ ਤਾਂ ਤੁਹਾਡੇ ਪਿੱਕੇ ਸਾਰੀ ਉਮਰ ਦੇ ਉਹਨਾਂ ਦੇ ਨਾਲ ਵੀ ਰਹਿੰਦੇ ਨੇ ਹਨਾ ਬਿਲਕੁਲ ਤੇ ਕਈ-ਕਈ ਵਾਰ ਆਪਾਂ ਦੇਖਦੇ ਹੁੰਨੇ ਆ ਕਿ ਕਈ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕਲੇਸ਼ ਨੇ ਜਾਂ ਬਹੁਤ ਸਾਰੀਆਂ ਲੜਾਈਆਂ ਨੇ ਗਈਆਂ ਉਹ ਹੁੰਦੀਆਂ ਇਹ ਨੰਦਾਂ ਦੇ ਕਰਕੇ ਨੇ ਹਨਾ ਸੋ ਅੱਜ ਆਪਾਂ ਉਹਨਾਂ ਚੀਜ਼ਾਂ ਦੇ ਉੱਪਰ ਗੱਲਬਾਤ ਕਰਾਂਗੇ ਤੇ ਆਪਣੇ ਆਪਣੇ ਆਪਾ ਐਕਸਪੀਰੀਅੰਸ ਵੀ ਸਾਂਝੀ ਕਰਾਂਗੇ ਹਨਾ ਮੇਰਾ ਜਿੱਦਾਂ ਮੈਂ ਸ਼ੇਅਰ ਕਰ ਸਕਦੀ ਆ ਵੀ ਮੇਰਾ ਮੇਰੀ ਭਾਬੀ ਨਾਲ ਮੈਨੂੰ ਐ ਲੱਗਦਾ ਹੁੰਦਾ ਵੀ ਦੁਨੀਆ ਦੀ ਸਭ ਤੋਂ ਪਿਆਰੀ ਕੁੜੀ ਸਾਡੇ ਘਰੇ ਆਈ ਹੈ ਹਨਾ ਇੱਕ ਤਾਂ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਜਦੋਂ ਸਾਡੇ ਘਰੇ ਆਈ ਤੇ ਮੈਨੂੰ ਲੱਗਦਾ ਵੀ ਜਿੰਨੀ ਛੇਤੀ ਉਹਨੇ ਸਾਡੇ ਘਰੇ ਐਡਜਸਟ ਕਰ ਲਿਆ ਵੀ ਸ਼ਾਇਦ ਮੈਂ ਅਗਲੇ ਘਰੇ ਜਾ ਕੇ ਉਹਨੀ ਛੇਤੀ ਐਡਜਸਟ ਨਹੀਂ ਕਰ ਪਾਈ ਹੈਗੀ ਹਨਾ ਜਾਂ ਸ਼ਾਇਦ ਮਾਹੌਲ ਦਾ ਫਰਕ ਸੀਗਾ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਕੋਈ ਕੁੜੀ ਤੁਹਾਡੇ ਘਰੇ ਵਿਆਹ ਕੇ ਆਉਂਦੀ ਆ ਨਾ ਇੱਕ ਨੰਦ ਨੂੰ ਆਪਦੀ ਪਰਜਾਈ ਨੂੰ ਓਮੇ ਵੈਲਕਮ ਕਰਨਾ ਚਾਹੀਦਾ ਵੀ ਜਦੋਂ ਉਹ ਸੋਚੇ ਵੀ ਜਦੋਂ ਮੈਂ ਕਿਸੇ ਘਰੇ ਜਾਉਂਗੀ ਤਾਂ ਮੈਨੂੰ ਇਦਾਂ ਵੈਲਕਮ ਕੀਤਾ ਜਾਵੇ ਹਨਾ ਜਾ ਮੈਨੂੰ ਸਾਰੇ ਪਰਿਵਾਰ ਵੱਲੋਂ ਇਦਾਂ ਦਾ ਪਿਆਰ ਮਿਲੇ ਇਦਾਂ ਦਾ ਸਤਿਕਾਰ ਮਿਲੇ ਹੈ ਨਾ ਸੋ ਜੋ ਚੀਜ਼ਾਂ ਤੁਸੀਂ ਆਪਣੇ ਲਈ ਸੋਚਦੇ ਹੋ ਉਹੀ ਚੀਜ਼ਾਂ ਅਗਰ ਤੁਸੀਂ ਆਪਣੀ ਪਰਜਾਈ ਦੇ ਲਈ ਸੋਚੋ ਵੀ ਇਹ ਵੀ ਕੁੜੀ ਉਨੀਆਂ ਹੀ ਉਮੀਦਾਂ ਉਨੀਆਂ ਹੀ ਚਾਹਵਾਂ ਸਦਰਾਂ ਦੇ ਨਾਲ ਸਾਡੇ ਘਰੇ ਆਈ ਆ ਤੇ ਇਹਨੂੰ ਵੀ ਸਾਡੇ ਘਰੇ ਆ ਕੇ ਉਹੋ ਜਿਹਾ ਮਾਹੌਲ ਮਿਲਣਾ ਚਾਹੀਦਾ ਜਿਹੜਾ ਕਿ ਸ਼ਾਇਦ ਮੈਂ ਆਪਣੇ ਲਈ ਗਾਂ ਲੈ ਕੇ ਸੋਚੂਗੀ ਹਮ ਗਰਦੀਪ ਇਸ ਚੀਜ਼ ਚ ਦੋ ਰਿਸ਼ਤੇ ਨੇ ਹੈ ਨਾ ਇੱਕ ਇੱਕ ਨਾਨੰਦ ਦਾ ਇੱਕ ਪਰਜਾਈ ਦਾ ਜਿਵੇਂ ਜਿਵੇਂ ਤੁਸੀਂ ਨਾਨਦ ਦੀ ਗੱਲ ਕਰਦੇ ਹੋ ਜੇ ਆਪਾਂ ਪਹਿਲਾਂ ਨਾਨਦ ਦੀ ਹੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਇਹ ਕੋਈ ਐਡਾ ਕੋਈ ਖਾਸ ਉਲਝਣ ਵਾਲਾ ਰਿਸ਼ਤਾ ਨਹੀਂ ਹੈਗਾ ਹਨਾ ਕਿਉਂਕਿ ਨਾ ਤਾਂ ਤੁਸੀਂ ਇਹਦੇ ਵਿੱਚ ਬਹੁਤ ਕੁਝ ਵੰਡਣਾ ਜ਼ਿੰਦਗੀ ਦੇ ਵਿੱਚ ਨਾ ਇਹ ਆ ਕਿ ਤਮਾਮ ਉਮਰ ਤੁਸੀਂ ਇੱਕ ਵਿਹੜੇ 'ਚ ਕੱਟਣਾ ਹਨਾ ਆਪਾਂ ਕਹਿੰਦੇ ਵੀ ਉਹਨਾਂ ਲੋਕਾਂ 'ਚ ਬਹੁਤ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਨੇ ਜਿਨ੍ਹਾਂ ਨੇ ਇੱਕ ਵਿਹੜੇ 'ਚ ਰਹਿਣਾ ਹੁੰਦਾ ਜੇ ਮੈਨੂੰ ਲੱਗਦਾ ਵੀ ਨਾਨਾਂ ਵੱਡੀ ਆ ਹਨਾ ਜਿਵੇਂ ਜਦੋਂ ਅਸੀਂ ਮੇਰੇ ਭਰਾ ਦਾ ਵਿਆਹ ਹੋਇਆ ਸੀਗਾ ਤਾਂ ਅਸੀਂ ਸਾਡਾ ਦੋਨਾਂ ਭੈਣਾਂ ਦਾ ਵਿਆਹ ਹੋਇਆ ਹੋਇਆ ਸੀਗਾ ਜੇ ਨਣਾਣ ਵੱਡੀ ਹੋਵੇ ਤਾਂ ਉਹ ਪਰਜਾਈ ਨੂੰ ਸਾਰੀ ਜ਼ਿੰਦਗੀ ਲਈ ਮੈਨੂੰ ਲੱਗਦਾ ਵੀ ਇੱਕ ਉਹਦਾ ਰਾਹ ਦਸੇਰਾ ਬਣ ਸਕਦੀ ਹੈ ਵੀ ਜਦੋਂ ਮੈਂ ਕਿਸੇ ਘਰ ਚ ਵਿਆਹ ਕੇ ਗਈ ਸੀ ਤਾਂ ਮੈਨੂੰ ਇਹੋ ਜੀਆਂ ਸਮੱਸਿਆਵਾਂ ਆਈਆਂ ਸੀ ਹੋ ਸਕਦਾ ਜਿਹੜੀ ਕੁੜੀ ਸਾਡੇ ਘਰ ਚ ਵਿਆਹ ਕੇ ਆਈ ਆ ਉਹਨੂੰ ਵੀ ਬਹੁਤ ਸਾਰੀਆਂ ਉਹੀ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਹਨਾ ਉੱਥੇ ਅਸੀਂ ਇਸ ਚੀਜ਼ ਲਈ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਵੀ ਨਹੀਂ ਉਹ ਤਾਂ ਮੇਰੇ ਪੇਕੇ ਨੇ ਹਨਾ ਤੇ ਜਰੂਰੀ ਨਹੀਂ ਵੀ ਤੁਹਾਡੇ ਪੇਕੇਆਂ ਚ ਇੱਕ ਬਾਹਰੋਂ ਕੁੜੀ ਆਊਗੀ ਤਾਂ ਉਹਨੂੰ ਸਭ ਕੁਝ ਸਿਖਾਵਾ ਹੀ ਮਿਲੂ ਹਨਾ ਉਹਨੂੰ ਉਵੇਂ ਹੀ ਸੱਸ ਮਿਲਣੀ ਹੈ ਉਵੇਂ ਹੀ ਸਹੁਰਾ ਮਿਲਣਾ ਇੱਕ ਘਰ ਵਾਲਾ ਮਿਲਣਾ ਬਹੁਤ ਬਹੁਤ ਸਾਰੇ ਰਿਸ਼ਤੇ ਨੇ ਜਿਨ੍ਹਾਂ ਨਾਲ ਉਹਨੇ ਐਡਜਸਟ ਕਰਨਾ ਤਾਂ ਮੇਰਾ ਤਾਂ ਵੀ ਅਸੀਂ ਉਹਨੂੰ ਬਹੁਤ ਸੋਹਣੇ ਢੰਗ ਨਾਲ ਉਸ ਜ਼ਿੰਦਗੀ ਦੇ ਰਾਹ ਬਾਰੇ ਸਾਰਾ ਕੁਝ ਦੱਸ ਸਕਦੇ ਹਾਂ ਵੀ ਤੈਨੂੰ ਕਦੀ ਚੁਭਵੀ ਗੱਲ ਵੀ ਸੁਣਨ ਨੂੰ ਮਿਲੂਗੀ ਕਦੀ ਤੈਨੂੰ ਬਹੁਤ ਪਿਆਰ ਵਾਲੀ ਵੀ ਮਿਲੂਗੀ ਤਾਂ ਫਿਰ ਤੂੰ ਇਸ ਢੰਗ ਨਾਲ ਤਾਲਮੇਲ ਬਿਠਾ ਸਕਦੀ ਆ ਜੇਨ ਨਾਲ ਛੋਟੀ ਆ ਹਨਾ ਤਾਂ ਉਹਨੂੰ ਵੀ ਇਹ ਕਦੀ ਨਹੀਂ ਸਮਝ ਲੈਣਾ ਚਾਹੀਦਾ ਵੀ ਅੱਜ ਮੇਰਾ ਇਸ ਘਰ 'ਚ ਕਬਜ਼ਾ ਹੈਗਾ ਤਾਂ ਜਿਹੜੀ ਨਵੀਂ ਆਈ ਆ ਮਤਲਬ ਉਹਨੂੰ ਤੁਸੀਂ ਇਹੋ ਜਿਹੇ ਹਾਲਾਤ ਉਹਦੇ ਲਈ ਪੈਦਾ ਕਰ ਦੋ ਵੀ ਕਈ ਵਾਰ ਆਪਾਂ ਸੁਣਨ ਨੂੰ ਮਿਲਦਾ ਵੀ ਨਨਾਨ ਘਰੇ ਕੁਆਰੀ ਆ ਤੇ ਉਹ ਜਿਹੜੀ ਸੱਸ ਨਾਲ ਮਿਲ ਕੇ ਪਰਜਾਈ ਨੂੰ ਦੋਵੇਂ ਟਿਕਣ ਨਹੀਂ ਦਿੰਦੀ ਉਹ ਚੀਜ਼ ਮੈਨੂੰ ਲੱਗਦਾ ਤੁਸੀਂ ਜੇ ਕਰਦੇ ਹੋ ਤਾਂ ਬਹੁਤ ਮਾੜੀ ਆ ਕਿਉਂਕਿ ਤੁਹਾਨੂੰ ਵੀ ਸੋਚਣਾ ਚਾਹੀਦਾ ਵੀ ਕੱਲ ਨੂੰ ਅਸੀਂ ਬਗਾਨੇ ਘਰ ਜਾਵਾਂਗੇ ਜੋ ਚੀਜ਼ਾਂ ਇਹ ਅੱਜ ਇਦੇ ਨਾਲ ਹੋ ਰਹੀਆਂ ਨੇ ਜਾਂ ਇਹ ਸਾਹਮਣਾ ਕਰ ਰਹੀ ਹੋ ਹੋ ਸਕਦਾ ਉਹ ਕੱਲ ਨੂੰ ਮੈਨੂੰ ਜਾ ਕੇ ਕਰਨੀਆਂ ਪੈਣ ਹਨਾ ਫਿਰ ਆਪਾਂ ਜਿਵੇਂ ਤੁਸੀਂ ਕਹੀ ਵੀ ਮਾਵਾਂ ਸਾਰੀ ਉਮਰ ਨਹੀਂ ਰਹਿੰਦੀਆਂ ਹਨਾ ਪੇਕੇ ਨੇ ਜਿਹੜੇ ਉਸ ਤੋਂ ਬਾਅਦ ਭਰਾ ਤੇ ਭਝਾਈ ਨਾਲ ਹੁੰਦੇ ਆ ਜੇ ਸੱਚੀ ਤੁਸੀਂ ਅੱਜ ਕਿਸੇ ਦਾ ਦੁੱਖ ਸੁਣਿਆ ਹੋ ਜਾਂ ਉਹਦੇ ਨਾਲ ਤੁਹਾਡਾ ਰਿਸ਼ਤਾ ਜਿਹੜਾ ਇੰਨਾ ਖੂਬਸੂਰਤ ਹੋਊ ਵੀ ਉਹਨੇ ਸਹੇਲੀਆਂ ਦੀ ਤਰ੍ਹਾਂ ਤੁਹਾਨੂੰ ਆਪਣਾ ਹਰ ਦੁੱਖ ਸੁੱਖ ਸਾਂਝਾ ਕੀਤਾ ਹੋਊਗਾ ਤਾਂ ਮੈਨੂੰ ਲੱਗਦਾ ਵੀ ਕੱਲ ਨੂੰ ਜਦੋਂ ਤੁਸੀਂ ਵਿਆਹ ਕਿ ਉਸ ਘਰ ਚਾਹੋਗੇ ਤਾਂ ਰੱਬ ਨਾ ਕਰੇ ਹਨਾ ਤੁਹਾਡੇ ਮਾਪਿਓ ਨਾ ਹੋਣ ਵੈਸੇ ਤਾਂ ਚਾਹੁੰਨੇ ਨੇ ਮਾਪਿਓ ਸਾਰੀ ਉਮਰ ਹੋਣ ਤਾਂ ਮੇਰੇ ਲੱਗਦਾ ਤੁਹਾਡੀ ਉਹ ਛਾਂ ਹੈ ਜਿਹੜੀ ਤੁਹਾਡੇ ਸਿਰ ਤੇ ਜ਼ਰੂਰ ਹੋਊਗੀ ਜਿਹੜੀ ਤੁਸੀਂ ਉਸ ਮਾਣ ਨਾਲ ਆਉਂਦੇ ਹੋ ਵੀ ਜਦੋਂ ਤੁਹਾਡੇ ਮਾਪਿਓ ਹੁੰਦੇ ਨੇ ਹਨਾ ਤਾਂ ਇਹ ਚੀਜ਼ ਹੈ ਜਿਹੜੀ ਨੰਦ ਨੂੰ ਮੈਨੂੰ ਲੱਗਦਾ ਵੀ ਉਹ ਕਰ ਸਕਦੀ ਹੈ ਤੇ ਕੋਈ ਬਹੁਤ ਵੱਡਾ ਇਹ ਨਹੀਂ ਹੈਗਾ ਵੀ ਜ਼ਿੰਦਗੀ ਚ ਪੋਸੀਬਲ ਨਹੀਂ ਹਨਾ ਬਹੁਤ ਸਾਰੀਆਂ ਨੰਨਦ ਭਰਜਾਈਆਂ ਨੇ ਜਿਨ੍ਹਾਂ ਦੇ ਰਿਸ਼ਤੇ ਇੰਨੇ ਸਖਾਵੇਂ ਨੇ ਜਿਵੇਂ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀ ਸਰਦਾਰਾ ਸਿੰਘ ਜੋਲ ਹੁਣਾਂ ਦੇ ਘਰ ਗਏ ਤਾਂ ਉਹਨਾਂ ਦੀਆਂ ਗੱਲਾਂ 'ਚ ਬਾਰ-ਬਾਰ ਇੱਕ ਚੀਜ਼ ਦਾ ਜ਼ਿਕਰ ਸੀਗਾ ਵੀ ਜਦੋਂ ਮੈਂ ਇਸ ਘਰ 'ਚ ਵਿਆਹ ਕੇ ਆਈ ਤਾਂ ਮੇਰੇ ਨਨਾਨਨੇ ਮੇਰਾ ਬਹੁਤ ਸਾਥ ਦਿੱਤਾ ਹਨਾ ਬਿਲਕੁਲ ਹਾਂ ਤੇ ਉਹ ਕਹਿੰਦੇ ਵੀ ਉਦੋਂ ਟੀਵੀ ਨਹੀਂ ਸੀ ਹੁੰਦੇ ਕੋਈ ਮਨੋਰੰਜਨ ਦਾ ਸਾਧਨ ਨਹੀਂ ਸੀ ਅਸੀਂ ਕਦੇ ਕੋਈ ਮੇਲੇ ਵੇਖਣ ਨਹੀਂ ਸੀ ਜਾਂਦੀਆਂ ਤਾਂ ਫਿਰ ਉਹ ਕਹਿੰਦੇ ਵੀ ਸ਼ਾਮ ਨੂੰ ਸਾਡੀ ਇੱਕ ਪੈਲੀ ਸੀਗੀ ਜਿਹੜੀ ਮੇਰੀ ਨਾਨ ਨੇ ਕਿਹਾ ਵੀ ਉੱਥੇ ਜਾਣਾ ਤਾਂ ਫੇਰ ਮਤਲਬ ਮੇਰੇ ਸਹੁਰਿਆਂ ਨੇ ਕਿਹਾ ਵੀ ਜਾਓ ਤੁਸੀਂ ਦੋਵੇਂ ਨਨਦ ਪਰਚਾਈ ਜਾਓ ਤਾਂ ਇਸ ਬਹਾਨੇ ਉਹ ਮੈਨੂੰ ਬਾਹਰ ਘੁੰਮਣ ਲੈ ਕੇ ਜਾਂਦੀ ਸੀ ਜੀ ਹੈਨਾ ਤੇ ਕਹਿੰਦੇ ਵੀ ਸਰਦਾਰ ਸਾਹਿਬ ਜਿਹੜੇ ਹਫਤੇ 15 ਦਿਨ ਬਾਅਦ ਘਰੇ ਆਉਂਦੇ ਹੁੰਦੇ ਸੀ ਤਾਂ ਉਹਨਾਂ ਦਿਨਾਂ 'ਚੋ ਕੋਸ਼ਿਸ਼ ਕਰਦੀ ਹੁੰਦੀ ਸੀ ਪਰਜਾਈ ਦਾ ਦਿਲ ਲੱਗਿਆ ਰਵੇ ਹੈਨਾ ਤਾਂ ਇਦਾਂ ਦੀਆਂ ਉਦਾਹਰਨਾਂ ਵੀ ਫਿਰ ਸਾਨੂੰ ਮਿਲਦੀਆਂ ਹੀ ਨਹੀਂ ਜਦੋਂ ਉਹ ਰਿਸ਼ਤਾ ਸੋਹਣਾ ਹੁੰਦਾ ਤਾਂ ਵੀ ਲੋਕ ਕਹਿੰਦੇ ਵੀ ਸਾਡਾ ਰਿਸ਼ਤਾ ਬਹੁਤ ਸੋਹਣਾ ਸੀ ਬਿਲਕੁਲ ਮੈਂ ਬਹੁਤ ਸਾਰੇ ਇਦਾਂ ਦੇ ਲੋਕਾਂ ਨੂੰ ਜਾਣਦੀ ਹਾਂ ਜਿੰਨਾਂ ਇਦਾਂ ਦੀਆਂ ਬਹੁਤ ਸਾਰੀਆਂ ਜਨਾਨੀਆਂ ਨੂੰ ਜਾਣਦੀ ਹਾਂ ਜਿਨ੍ਹਾਂ ਨੇ ਆਪਸ ਵਿੱਚ ਨਣਦ ਪਰਜਾਈ ਦਾ ਰਿਸ਼ਤਾ ਖੂਬ ਨਿਭਾਇਆ ਨਾ ਅਸੀਂ ਲੁਧਿਆਣੇ ਪੜ੍ਹਦੇ ਹੁੰਦੇ ਸੀ ਤਾਂ ਉੱਥੇ ਸਾਡੇ ਟੀਚਰ ਹੁੰਦੇ ਸੀਗੇ ਇੱਕ ਪੰਜਾਬੀ ਵੀ ਤੇ ਇੱਕ ਹਿਸਟਰੀ ਦੇ ਹੈ ਨਾ ਇਤਿਹਾਸ ਤੇ ਤੇ ਸਾਨੂੰ ਉਹਨਾਂ ਨੇ ਨਾ ਜਦੋਂ ਕਿਤੇ ਉਹਨਾਂ ਦਾ ਕੋਈ ਲੈਕਚਰ ਫ੍ਰੀ ਹੋਣਾ ਜੋਨਨ ਨੇ ਲੰਚ ਕਰਨਾ ਉਹ ਦੋਵੇਂ ਪੇਸ਼ ਇਕੱਠੀਆਂ ਕਰਦੀ ਹੁੰਦੀ ਸੀ ਬਾਅਦੋਂ ਸਾਨੂੰ ਪਤਾ ਲੱਗਿਆ ਵੀ ਇਹ ਨਾਣ ਦੇ ਪਰਜਾ ਹੀ ਨੇ ਆਪਸ ਦੇ ਵਿੱਚ ਨਾ ਉਹ ਉਸ ਉਮਰ 'ਚ ਵੀ ਇੱਕ ਦੂਜੇ ਦਾ ਇੰਨਾ ਖਿਆਲ ਰੱਖਦੀਆਂ ਸੀ ਆਪਾਂ ਕਹਿੰਦੇ ਉਹਨਾਂ ਨੇ ਕਿ ਇਹ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਸਾਰੀ ਉਮਰ ਦਾ ਇੱਕ ਦੋਸਤ ਵੀ ਮਿਲ ਜਾਂਦਾ ਤੁਸੀਂ ਭੈਣਾ ਵਾਂਗੂ ਵਰਤਣਾ ਉਵੇਂ ਵੀ ਵਰਤ ਸਕਦੇ ਹੋ ਹਨਾ ਫੇਰ ਮੈਨੂੰ ਯਾਦ ਹੁੰਦਾ ਵੀ ਮੰਮੀ ਦੱਸ ਦਿੰਦੇ ਆ ਵੀ ਜਿਹੜੇ ਮੇਰੇ ਫਾਦਰ ਸਾਹਿਬ ਦੇ ਭੂਆ ਜੀ ਸੀਗੇ ਫੁੱਫੜ ਜੀ ਸੀਗੇ ਉਹਨਾਂ ਦੀ ਬਹੁਤ अर्ਲੀ ਏਜ ਡੈਥ ਹੋ ਗਈ ਸੀ ਤੇ ਉਹਨਾਂ ਦੀ ਜਿਹੜੀਆਂ ਕੁੜੀਆਂ ਸੀ ਭੂਆ ਹੋਣੀਆਂ ਉਹ ਬਹੁਤ ਛੋਟੀਆਂ ਸੀਗੀਆਂ ਤੇ ਉਹਨਾਂ ਦੇ ਸਾਰੀਆਂ ਦੇ ਵਿਆਹ ਉਹਨਾਂ ਦੀ ਡੈਥ ਤੋਂ ਬਾਅਦ ਹੋਏ ਨੇ ਹਨਾ ਸਾਡੇ ਇਧਰੋਂ ਜੁਮੇ ਦਾਦਾ ਜੀ ਉਹਨਾਂ ਦੇ ਮਾਮਾ ਹੀ ਲਾਦੇ ਸੀਗੇ ਸਾਡੇ ਪਰਿਵਾਰ ਚ ਉਹਨਾਂ ਦੇ ਨਾਨਕੇ ਸੀਗੇ ਤਾਂ ਮੰਮੀ ਹੁਣੇ ਦੱਸਦੇ ਹੁੰਦੇ ਨੇ ਕਿ ਇਕੱਲੇ ਮਤਲਬ ਵੀ ਬਾਜੀ ਕਹਿੰਦੇ ਆ ਸੀ ਆਪਣੇ ਦਾਦਾ ਜੀ ਉਹਨਾਂ ਨੂੰ ਵੀ ਇਕੱਲੇ ਬਾਜੀ ਉਹਨਾਂ ਨੂੰ ਫਿਕਰ ਨਹੀਂ ਸੀ ਹੁੰਦਾ ਉਹਨਾਂ ਦਾ ਬੀਬੀ ਉਹਨਾਂ ਨੂੰ ਵੀ ਉਹਨਾਂ ਹੀ ਫਿਕਰ ਹੁੰਦਾ ਸੀ ਉਹਨਾਂ ਨੇ ਕਿੰਨੇ ਕਿੰਨੇ ਮਹੀਨੇ ਜਾ ਕੇ ਉੱਥੇ ਰਹਿਣਾ ਕੁੜੀਆਂ ਕੋਲ ਹਨਾ ਪੂਆ ਉਹਨਾਂ ਕੋਲੇ ਰਹਿਣਾ ਉਹਨਾਂ ਨੂੰ ਇਹ ਸੀਗਾ ਵੀ ਮੈਂ ਆਪਦੀ ਨੰਦ ਦੇ ਮੂੰਹੋਂ ਕੱਟੇ ਬੋਲ ਪਗਾਉਣੇ ਨੇ ਵੀ ਉਹਨੇ ਕਿਹਾ ਸੀਗਾ ਵੀ ਮੇਰੀਆਂ ਕੁੜੀਆਂ ਦਾ ਤੁਸੀਂ ਧਿਆਨ ਰੱਖਿਓ ਹਨਾ ਸੋ ਜਿੰਨੀ ਦੇਰ ਤੱਕ ਮੇਰੀਆਂ ਚਾਰੋਂ ਭੂਆ ਹੋਣੀਆਂ ਵਿਆਹ ਨਹੀਂ ਹੋਈਆਂ ਆਪੋਂ ਆਪਣੇ ਘਰੇ ਨਹੀਂ ਗਈਆਂ ਹੈਗੀਆਂ ਤਾਂ ਮੇਰੇ ਦਾਦੇ-ਦਾਦੀ ਹੋ ਉਹਨਾਂ ਨੂੰ ਉਨਾ ਹੀ ਫਿਕਰ ਹੁੰਦਾ ਸੀ ਜਿੰਨਾ ਕਿ ਆਪਣੇ ਨਿਆਣਿਆਂ ਦਾ ਹਨਾ ਸੋ ਉੱਥੇ ਜਦੋਂ ਮੰਮੀ ਹਣੇ ਦੱਸਦੇ ਹੁੰਦੇ ਵੀ ਅੱਗੇ ਉਹ ਰਿਸ਼ਤੇ ਹੁੰਦੇ ਸੀਗੇ ਵੀ ਬੀਬੀ ਨੂੰ ਵੀ ਇੰਨਾ ਫਿਕਰ ਹੁੰਦਾ ਸੀਗਾ ਵੀ ਮੈਂ ਮੇਰੀ ਨਨਦ ਨੂੰ ਜੋ ਮੈਂ ਵਾਅਦਾ ਕੀਤਾ ਜੋ ਉਹਨੇ ਮੇਤੋਂ ਜੋ ਚਾਇਆ ਸੀਗਾ ਵੀ ਮੈਂ ਉਹ ਪੂਰਾ ਕਰਨ ਨਹੀਂ ਕਰਨਾ ਵਾ ਹਨਾ ਪਰ ਅੱਜ ਕੱਲ ਆਪਾਂ ਬਹੁਤ ਸਾਰੇ ਰਿ ਘਰਾਂ ਦੇ ਵਿੱਚ ਇਦਾਂ ਦੀਆਂ ਵੀ ਚੀਜ਼ਾਂ ਦੇਖਦੇ ਆਵੇਂ ਮੰਨ ਲਓ ਜਦੋਂ ਕਿਸੇ ਘਰੇ ਕੁੜੀ ਨਵੀਂ ਵਿਆਹ ਕੇ ਜਾਂਦੀ ਹੈ ਨਾ ਪਤਾ ਨਹੀਂ ਕਿਉਂ ਸਾਡੀ ਅੰਜਵੀ ਜਨਰੇਸ਼ਨ ਚ ਇੱਕ ਇਨਸਿਕਿਉਰਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਸ਼ਾਇਦ ਮੇਰੇ ਘਰੇ ਜੇ ਪਰਜਾਈ ਆ ਗਈ ਤਾਂ ਮੇਰੀ ਹੁਣ अहमियत ਨਹੀਂ ਰਹਿਣੀ ਹੈ ਨਾ ਸਾਡੇ ਕੋ ਰਿਲੇਟਿਵ ਨੇਗੇ ਤੇ ਉਹ ਜਿਵੇਂ ਕੁੜੀ ਉਹਨਾਂ ਦੇ ਘਰੇ ਵਿਆਹ ਕੇ ਉਹ ਬੜੀ ਤੰਗ ਰਹਾ ਕਰੇ ਬਾਕੀ ਸਾਰੇ ਘਰ ਦੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਉਹ ਵੀ ਜਿਹੜੀ ਉਹਦੇ ਘਰੇ ਨਣਦ ਸੀ ਉਹੀ ਨਹੀਂ ਸੀ ਉਹਨੂੰ ਟਿਕਣ ਦਿੰਦੀ ਹਨਾ ਤੇ ਜਦੋਂ ਉਹਦਾ ਵਿਆਹ ਹੋ ਗਿਆ ਕਹਿੰਦੇ ਉਹਦੇ ਵਿਆਹ ਤੋਂ 1.5 ਸਾਲ ਬਾਅਦ ਉਹਦੀ ਨਣਦ ਦਾ ਵਿਆਹ ਹੋ ਗਿਆ ਤੇ ਹੁਣ ਉਹ ਕੁੜੀ ਕਹਿੰਦੀ ਆ ਵੀ ਅੱਜ ਵੀ ਤਾਂ ਉਹੀ ਘਰ ਵੀ ਜਿੱਥੇ ਮੈਂ ਸਾਰਿਆਂ ਤੋਂ ਖੁਸ਼ ਹਾਂ ਤੇ ਸਾਰੇ ਮੇਰੇ ਤੋਂ ਖੁਸ਼ ਨੇਗੇ ਹਨਾ ਸੋ ਕਈ ਨਣਦ ਭਜਾਈ ਦੇ ਰਿਸ਼ਤੇ ਇੰਨੇ ਵੀ ਹੁੰਦੇ ਨੇ ਕਿ ਇੰਨੇ ਵੀ ਮਤਲਬ ਮਾੜੇ ਨਿਕਲ ਜਾਂਦੇ ਨੇ ਕਿ ਬੰਦਾ ਸੋਚਦਾ ਵੀ ਸ਼ੁਕਰ ਆ ਇਹ ਵਿਆਹ ਕੇ ਕਿਸੇ ਹੋਰ ਘਰੇ ਦੇ ਹਨਾ ਨਹੀਂ ਕਈ ਨਨਦ ਪਰਜਾਈ ਦੇ ਰਿਸ਼ਤੇ ਇਦਾਂ ਵੀ ਹੁੰਦੇ ਨੇ ਕਿ ਜਦੋਂ ਨਨਦ ਦਾ ਵਿਆਹ ਹੁੰਦਾ ਸਭ ਤੋਂ ਵੱਧ ਰੋਂਦੀਆਂ ਪਰਜਾਈਆਂ ਹੁੰਦੀਆਂ ਨੇ ਹਨਾ ਤੇ ਉਹਨੂੰ ਜਾਣ ਵੇਲੇ ਕਿੰਨਾ ਕੁਝ ਕਹਿੰਦੀਆਂ ਨੇ ਤੂੰ ਆਉਂਦੀ ਰਹੀ ਤੂੰ ਗੱਲ ਕਰਦੀ ਰਹੀ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਹਨਾ ਵੀ ਕੋਈ ਵੀ ਲੋੜ ਹੋਈ ਤੂੰ ਸਾਨੂੰ ਜ਼ਰੂਰ ਦੱਸੀ ਬਹੁਤ ਸਾਰੀਆਂ ਨਨਦ ਪਰਜਾਈਆਂ ਇਦਾਂ ਨਹੀਂ ਹੁੰਦੀਆਂ ਵੀ ਆਪਸ ਚ ਦੋਨੇ ਵੱਡੇ ਵੱਡੇ ਰਾਜ਼ ਵੀ ਰੱਖ ਲੈਂਦੀਆਂ ਨੇ ਸਿਕਰਟ ਸ਼ੇਅਰ ਕਰਦੀਆਂ ਨੇ ਜਿਹੜੀਆਂ ਕਿ ਪਰਿਵਾਰ ਦੇ ਹੋਰ ਕਿਸੇ ਮੈਂਬਰ ਨੂੰ ਨਹੀਂ ਪਤਾ ਹੁੰਦੇ ਹਨਾ ਗੁਰਦੀਪ ਅਸਲ ਚ ਨਾ ਮੇਰਾ ਲਾਦਾ ਵੀ ਜਿਵੇਂ ਆਪਾਂ ਕਈ ਵਾਰ ਕਹਿੰਦੇ ਨੇ ਵੀ ਤਾੜੀ ਕਈ ਵਾਰ ਦੋਵਾਂ ਹੱਥਾਂ ਨਾਲ ਹੀ ਵੱਜਦੀ ਆ ਹਨਾ ਹਮੇਸ਼ਾ ਹੀ ਵੱਜਦੀ ਦੋਵਾਂ ਹੱਥਾਂ ਨਾਲ ਕਈ ਵਾਰੀ ਇਹ ਹੁੰਦਾ ਕਿ ਨਣਾਨਾਂ ਦੇ ਸੁਭਾਅ ਬਹੁਤ ਚੰਗੇ ਹੁੰਦੇ ਆ ਹਨਾ ਅ ਬਹੁਤ ਸਾਰੇ ਹਾਲਾਤਾਂ ਚ ਹੁੰਦਾ ਵੀ ਆ ਪੁਰਾਣੇ ਸਮੇਂ ਚ ਜ਼ਿਆਦਾ ਹੁੰਦਾ ਸੀ ਹੁਣ ਘੱਟ ਹੁੰਦਾ ਵੀ ਨਣਾਨਾਂ ਵੀ ਛੋਟੀ ਛੋਟੀ ਗੱਲ ਤੇ ਕਈ ਵਾਰ ਵਿਆਹ ਤੋਂ ਬਾਅਦ ਵੀ ਪੇਕੇ ਘਰ ਚ ਦਖਲਅੰਦਾਜ਼ੀ ਕਰਦੀਆਂ ਨੇ ਵੀ ਆਹ ਫੈਸਲਾ ਤੁਸੀਂ ਐਂ ਕਰੋ ਜਾਂ ਇਦਾਂ ਕਰੋ ਹਨਾ ਪਰ ਕਈ ਮਸਲਿਆਂ 'ਚ ਮੈਨੂੰ ਇਹ ਲੱਗਦਾ ਹੁੰਦਾ ਵੀ ਪਰਜਾਈਆਂ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਭੂਮਿਕਾ ਹੈ ਨਾ ਉਹ ਗਲਤ ਨਿਭਾਉਣ ਲੱਗ ਜਾਂਦੀਆਂ ਨੇ ਬਹੁਤ ਸਾਰੇ ਪਰਿਵਾਰਾਂ 'ਚ ਤੁਸੀਂ ਇਹ ਦੇਖੋਗੇ ਵੀ ਜਦੋਂ ਕੁਆਰੀ ਨਾਣੇ ਦੇ ਲਈ ਮੁੰਡਾ ਜਾਂ ਕੁੜੀ ਮੁੰਡਾ ਵੇਖਿਆ ਜਾਂਦਾ ਮਾਫ ਕਰਨਾ ਹੈ ਨਾ ਤਾਂ ਉਦੋਂ ਬਹੁਤ ਸਾਰੀਆਂ ਪਰਜਾਈਆਂ ਦੀ ਸੋਚ ਇਹ ਹੁੰਦੀ ਆ ਵੀ ਕਿਤੇ ਇਹਦੇ ਵਿਆਹ ਤੇ ਬਹੁਤ ਸਾਰਾ ਖਰਚਾ ਨਾ ਹੋ ਜਾਵੇ ਹੈ ਨਾ ਜੈਨੂੰ ਕੀ ਦੇਣਾ ਉਹ ਉਹਦੇ ਮਾਪਿਓ ਤੋਂ ਪਹਿਲਾਂ ਮੈਨੂੰ ਮਤਲਬ ਪਤਾ ਹੋਵੇ ਤੇ ਮੇਰੀ ਇਜਾਜ਼ਤ ਲਈ ਜਾਵੇ ਹੈ ਨਾ ਦੂਜੀ ਚੀਜ਼ ਆ ਵੀ ਜਿਵੇਂ ਵਿਵਹਾਰ ਵਿਆਹੇ ਬੰਦੇ ਦੀ ਜ਼ਿੰਦਗੀ ਚ ਥੋੜੇ ਬਹੁਤੇ ਮਸਲੇ ਹੁੰਦੇ ਨੇ ਹਨਾ ਤੁਹਾਨੂੰ ਪਤਾ ਕਈ ਕੁੜੀਆਂ ਜਿਵੇਂ ਆਪਾਂ ਵੀ ਆਂ ਦੋਵੇਂ ਚਲੋ ਆਪਾਂ ਕਈ ਵਾਰ ਬਹੁਤ ਸਾਰੀਆਂ ਗੱਲਾਂ ਕਰਦੇ ਆ ਆਪਾਂ ਕਹਿੰਨੇ ਉਹਨਾਂ ਵੀਰ ਪੇਕਿਆਂ ਨੂੰ ਦੱਸਤਾ ਦਈਏ ਪਰ ਮੁੜ ਕੇ ਪਰਜਾਈਆਂ ਤਾਨੇ ਉਹ ਮਾਰਦੀਆਂ ਨੇ ਹਨਾ ਤਾਂ ਮੈਨੂੰ ਲੱਗਦਾ ਵੀ ਪਰਜਾਈਆਂ ਵੀ ਕਿਤੇ ਨਾ ਕਿਤੇ ਈਰਖਾ ਕਰਨ ਲੱਗ ਜਾਂਦੀਆਂ ਨੇ ਈਰਖਾ ਵੀ ਹੁੰਦੀ ਆ ਪਤਾ ਨਹੀਂ ਕਿਉਂ ਸਾਡੇ ਦਿਲਾਂ ਚੋਂ ਨਾ ਇਹ ਗੱਲ ਨਹੀਂ ਜਾਂਦੀ ਹੈਗੀ ਵੀ ਮੰਨ ਲੋ ਵੀ ਨੰਦ ਹਮੇਸ਼ਾ ਜਾਊਗੀ ਵੀ ਮੇਰੇ ਘਰ ਦਾ ਭੇਤ ਪਰਜਾਈ ਨੂੰ ਨਾ ਹੋਵੇ। ਹੂੰ। ਕਿ ਫੇਰ ਉਹ ਉਸ ਗੱਲਾਂ ਦੇ ਤਾਨੇ ਮੇਰੇ ਮਾਂ ਬਾਪ ਨੂੰ ਜਾਂ ਮੇਰੇ ਭਰਾ ਨੂੰ ਦਊਗੀ ਹੈ ਨਾ ਪਰ ਸਿਚੁਏਸ਼ਨ ਜਿਵੇਂ ਹੋ ਸਕਦਾ ਤੁਹਾਡੇ ਘਰ ਦਾ ਮਾਹੌਲ ਕੁਝ ਹੋਰ ਆ ਦੂਜੇ ਦੇ ਘਰ ਦਾ ਮਾਹੌਲ ਕੁਝ ਹੋਰ ਹੋਵੇ ਹੈ ਨਾ ਬਿਲਕੁਲ ਔਰ ਇਹੀ ਚੀਜ਼ ਅਗਰਦੀਪ ਵੀ ਜਦੋਂ ਨਾ ਐਵੇਂ ਦੇ ਹਾਲਾਤ ਪੈਦਾ ਹੋ ਜਾਂਦੇ ਤਾਂ ਉਹ ਵੀ ਇੱਕ ਦਿਨ ਚ ਨਹੀਂ ਹੁੰਦੇ ਮੇਰੇ ਹਿਸਾਬ ਨਾਲ ਹੈ ਨਾ ਬਹੁਤ ਸਾਰੀਆਂ ਜਿਹੜੀਆਂ ਪਰਚਾਈਆਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਈਆਂ ਹਲੇ ਆਪਣੇ ਸਮਾਜ ਚ ਇਹੋ ਜਿਹਾ ਕੁਝ ਚੱਲਿਆ ਨਹੀਂ ਵੀ ਆਪਾਂ ਹਿੱਸੇ ਲੈ ਕੇ ਆਉਣੇ ਆ ਜਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਆਪਾਂ ਕਦੀ ਵੀ ਕੁੜੀਆਂ ਜਿਹੜੀਆਂ ਹੁੰਦੀਆਂ ਨੇ ਆਪਣੇ ਮਾਪੇ ਉਹਨੂੰ ਜਾ ਕੇ ਤੰਗ ਕਰਦੀਆਂ ਨੇ ਵੀ ਤੁਸੀਂ ਆਪਣੀ ਹੈਸੀਅਤ ਤੋਂ ਵੱਧ ਸਾਨੂੰ ਦੋ ਹੈਨਾ ਤਾਂ ਜਿਹੜਾ ਸਾਲ ਜਾਂ ਸ਼ਮਾਈ ਬਾਦ ਇੱਕ ਤੁਹਾਨੂੰ ਸੰਧਾਰਾ ਦੇਣਾ ਹੁੰਦਾ ਜਾਂ ਕੋਈ ਰਖੜੀ ਦਾ ਤਿਹਾਰ ਆਇਆ ਹੈਨਾ ਤਾਂ ਤੁਸੀਂ ਦੇਖਿਆ ਉਹ ਵੀ ਬਹੁਤ ਸਾਰੀਆਂ ਪਰਜਾਈਆਂ ਉਹ ਕਰਦੀਆਂ ਵੀ ਕਦੀ ਖੁਸ਼ ਨਹੀਂ ਹੁੰਦੀਆਂ ਹੈਨਾ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਵੀ ਨਿਆਣੇ ਕਈ ਵਾਰੀ ਜੇ ਮਾਂ-ਬਾਪ ਜਾਂ ਤੁਹਾਡਾ ਭਰਾ ਕਰਨਾ ਵੀ ਚਾਹੂਗਾ ਤਾਂ ਉੱਥੇ ਬਹੁਤ ਸਾਰੇ ਘਰਾਂ ਦੇ ਵਿੱਚ ਆਪਾਂ ਦੇਖਿਆ ਉਹ ਕਹਿੰਗੇ ਵੀ ਇੰਨੇ ਦੀ ਕੀ ਲੋੜ ਆ ਹਾਂ ਇੰਨੇ ਦੀ ਕੀ ਲੋੜ ਆ ਸਹੀ ਗੱਲ ਆ ਤੇ ਬਹੁਤ ਸਾਰੀਆਂ ਜੋ ਮਤਲਬ ਜਿਵੇਂ ਅੱਗੇ ਹੁੰਦਾ ਸੀ ਵੀ ਨਿਆਣੇ ਜਾ ਕੇ ਨਾਨਕ ਕਿੰਨੇ ਕਿਨੇ ਮਹੀਨੇ ਰਹਿੰਦੇ ਹੁੰਦੇ ਸੀਗੇ ਉਹ ਤਾਂ ਹੀ ਰਹਿੰਦੇ ਹੁੰਦੇ ਸੀ ਕਿਉਂਕਿ ਨਾਨਦ ਪਰਜਾਈ ਦਾ ਇੰਨਾ ਪਿਆਰ ਹੁੰਦਾ ਸੀਗਾ ਵੀ ਬੱਚਿਆਂ ਨੂੰ ਮਾਮੀਆਂ ਨਾਲ ਉਸ ਤੋਂ ਵੱਧ ਹੋ ਜਾਂਦਾ ਸੀ ਹਨਾ ਤੇ ਹੁਣ ਕਦੀ ਤੁਸੀਂ ਦੇਖਿਆ ਵੀ ਨਿਆਣੇ ਨੇ ਜਿਹੜੇ ਨਾਨਕੇ ਜਾ ਕੇ ਰਹਿੰਦੇ ਹੋਣਗੇ ਹਲੇ ਭੂਆ ਦੇ ਘਰੇ ਬੇਸ਼ੱਕ ਰਹਿ ਲੈਂਦੇ ਹੋਣਗੇ ਹਨਾ ਕੁੜੀ ਦਾ ਰਿਸ਼ਤਾ ਆਪਣੇ ਭਰਾ ਨਾਲ ਬਹੁਤ ਸੋਹਣਾ ਹੁੰਦਾ ਹੈ ਹਨਾ ਕਈ ਵਾਰੀ ਪਰ ਮਤਲਬ ਪਰਜਾਈਆਂ ਦੇ ਆਉਣ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਵੀ ਉਹ ਰਿਸ਼ਤਾ ਇੰਨਾ ਬਦਲ ਜਾਂਦਾ ਵੀ ਸਾਨੂੰ ਕਦੀ ਲੱਗਦਾ ਨਹੀਂ ਹੁੰਦਾ ਵੀ ਅਸੀਂ ਆਪਣੇ ਪਿੱਕੇ ਘਰੇ ਗਏ ਆ ਹਨਾ ਸਾਨੂੰ ਲੱਗੂਗਾ ਵੀ ਅਸੀਂ ਇੱਕ ਬਗਾਨੇ ਘਰ ਚ ਆ ਗਏ ਆ ਤੇ ਜਿੱਥੇ ਇਹੋ ਜਿਹੇ ਜਦੋਂ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਫਿਰ ਮੈਨੂੰ ਲੱਗਦਾ ਵੀ ਚਾਹੇ ਤੁਸੀਂ ਲੱਖ ਕੋਸ਼ਿਸ਼ ਕਰ ਲੋ ਫਿਰ ਜੇ ਅੱਗੋਂ ਭਰਜਾਈ ਨਹੀਂ ਤੁਹਾਡੇ ਨਾਲ ਵਰਤਣਾ ਚਾਹੁੰਦੀ ਤਾਂ ਫਿਰ ਤੁਸੀਂ ਉਸ ਰਿਸ਼ਤੇ ਨੂੰ ਕਦੀ ਸੋਹਣਾ ਨਹੀਂ ਬਣਾ ਸਕਦੇ ਆਪਾਂ ਉਹੀ ਗੱਲ ਕਰਦੇ ਆ ਜਿਵੇਂ ਜਿਵੇਂ ਤੁਸੀਂ ਕਿਹਾ ਸੀਗਾ ਕਿ ਤਾੜੀ ਦੋਨਾਂ ਹੱਥਾਂ ਨਾਲ ਹੀ ਵੱਜਦੀ ਆ ਮਕਸਦ ਇਹੀ ਸੀਗਾ ਗੱਲ ਕਰਨ ਦਾ ਵੀ ਜਿਹੜਾ ਇਹ ਰਿਸ਼ਤਾ ਨਣਾਂ ਭਰਜਾਈ ਦਾ ਕਿ ਇਹ ਤਾਂ ਇੰਨਾ ਸੋਹਣਾ ਰਿਸ਼ਤਾ ਨਿਭ ਸਕਦਾ ਪਰ ਜੇ ਅਸੀਂ ਚਾਈਏ ਹੈਨਾ ਜੇ ਹੋਣ ਜਿਹੜੀ ਨਨਾਂ ਨਾ ਉਹਦੀ ਭਝਾਈ ਨੂੰ ਉਵੇਂ ਹੀ ਪਿਆਰ ਸਤਿਕਾਰ ਉਵੇਂ ਘਰ ਦੇ ਵਿੱਚ ਵੈਲਕਮ ਕਰੇ ਉਹਦੇ ਨਾਲ ਕੋਈ ਇਨਸਿਕਿਉਰਟੀ ਜਾਂ ਕੋਈ ਗਿਲਾ ਸ਼ਿਕਵਾ ਨਾ ਕਰੇ ਹਨਾ ਬਹੁਤ ਸਾਰੇ ਘਰਾਂ ਦੇ ਵਿੱਚ ਮੈਂ ਇਹ ਦੇਖਿਆ ਕਿ ਜਦੋਂ ਭਝਾਈ ਆ ਜਾਂਦੀ ਹੈ ਤਾਂ ਨਣਦਾਂ ਨਾ ਉਹ ਚੀਜ਼ਾਂ ਨਹੀਂ ਕਰਨੀਆਂ ਸ਼ੁਰੂ ਕਰਦੀਆਂ ਨਿੱਕੇ ਨਿੱਕੇ ਚੀਜ਼ਾਂ ਆਪਣੇ ਪੇਰੈਂਟਸ ਨੂੰ ਫੀਲ ਕਰਾਉਣੀਆਂ ਜਾਂ ਬ੍ਰਦਰ ਨੂੰ ਫੀਲ ਕਰਾਉਣੀਆਂ ਹਨਾ ਸ਼ੁਰੂ ਕਰ ਦਿੰਦੀਆਂ ਨੇ ਵੀ ਭਾਬੀ ਦੇ ਆਉਣ ਤੋਂ ਬਾਅਦ ਆ ਚੀਜ਼ਾਂ ਬਦਲ ਗਈਆਂ ਜਾਂ ਭਾਬੀ ਦੇ ਆਉਣ ਤੋਂ ਬਾਅਦ ਵੀਰਾ ਮੇਰੇ ਵੱਲ ਉਹਨਾਂ ਧਿਆਨ ਨਹੀਂ ਦਿੰਦਾ ਹਨਾ ਉੱਥੇ ਫਿਰ ਇਹ ਲੱਗਣ ਲੱਗ ਜਾਂਦਾ ਵੀ ਸ਼ਾਇਦ ਇਹਦੇ ਓਨ ਕਰਕੇ ਘਰ ਦਾ ਮਾਹੌਲ ਉਹ ਖਰਾਬ ਹੋਣ ਲੱਗਿਆ ਹਨਾ ਵੀ ਪਹਿਲਾਂ ਤਾਂ ਕੋਈ ਇਦਾਂ ਦੀ ਗੱਲ ਹੁੰਦੀ ਨਹੀਂ ਸੀਗੀ ਪਰ ਬਹੁਤ ਸਾਰੇ ਘਰਾਂ ਦੇ ਵਿੱਚ ਨਣ ਦਾ ਮੋਹ ਚੰਗੀਆਂ ਹੁੰਦੀਆਂ ਨੇ ਪਰ ਭੜਜਾਈਆਂ ਨੂੰ ਇਹ ਹੁੰਦਾ ਕਿ ਹੁਣ ਅਸੀਂ ਇਸ ਘਰ 'ਚ ਆ ਗਏ ਆ ਤੇ ਹੁਣ ਸਾਡੇ ਤੋਂ ਬਿਨਾਂ ਇਸ ਘਰ ਦੇ ਵਿੱਚ ਹੋਰ ਕਿਸੇ ਦੀ ਦਾਅਵੇਦਾਰੀ ਜਾਂ ਕੋਈ ਕਬਜ਼ਾ ਨਾ ਹੋਵੇ ਹਨਾ ਚਲੋ ਕਬਜ਼ੇ ਵਾਲੀ ਤਾਂ ਗੱਲ ਕੀ ਕਰਨੀ ਆ ਆਪਾਂ ਹਨਾ ਪਰ ਜਿਵੇਂ ਤੁਸੀਂ ਕਿਹਾ ਵੀ ਕਈ ਵਾਰੀ ਜਦੋਂ ਸਾਲ ਸ਼ਮਾਹੀ ਵੀ ਬੰਦੇ ਨੂੰ ਦੇਣਾ ਹੁੰਦਾ ਵਾ ਉੱਥੇ ਵੀ ਫਿਰ ਭੜਜਾਈਆਂ ਨਾ ਕਿੰਤੂ ਪ੍ਰੰਤੂ ਜਾ ਕਾਰਨ ਲੱਗ ਜਾਂਦੀਆਂ ਨੇ ਚਾਹੇ ਮਨ ਲਓ ਵੀ ਹੁਣ ਮੈਂ ਆ ਮੈਂ ਚਾਹੂਗੀ ਵੀ ਮੇਰੇ ਪੇਕੇ ਮੈਨੂੰ ਮੇਰੀ ਖੁਸ਼ੀ ਮੇਰੀ ਖੁਸ਼ੀ ਦਾ ਸਭ ਕੁਝ ਕਰਕੇ ਜਾਣ ਹਨਾ ਪਰ ਜਦੋਂ ਮੈਂ ਆਪਦੇ ਨੰਦ ਦਾ ਗਾਹ ਕਰਨਾ ਹੋਊਗਾ ਹਨਾ ਤਾਂ ਫਿਰ ਮੈਨੂੰ ਵੀ ਉਵੇਂ ਹੀ ਕਰਨਾ ਪਊਗਾ ਜੋ ਮੇ ਤਾਂ ਮੈਨੂੰ ਆਪਣੇ ਪੇਕੇਆਂ ਤੋਂ ਜਿਹੜੀ ਕੁੜੀ ਤੁਹਾਡੇ ਘਰੋਂ ਕਿਸੇ ਹੋਰ ਘਰੇ ਗਈ ਆ ਤਾਂ ਉਹਨੂੰ ਵੀ ਤੁਹਾਡੇ ਤੋਂ ਉਨੀਆਂ ਹੀ ਉਮੀਦਾਂ ਹੋਣੀਆਂ ਹੈ ਹਨਾ ਕਈ ਵਾਰੀ ਇਹ ਤੁਸੀਂ ਦੇਖਿਆ ਵੀ ਕਈ 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 ਅ ਭਰਜਾਈਆਂ ਏਦਾਂ ਦੀਆਂ ਹੁੰਦੀਆਂ ਨੇਗੀਆਂ ਵੀ ਚਾਹੇ ਉਹਨਾਂ ਦੀਆਂ ਗਾਹਾਂ ਭਰਜਾਈਆਂ ਆ ਗਈਆਂ ਉਹਨਾਂ ਨੂੰ ਹੁੰਦਾ ਵੀ ਸੌਰੇ ਘਰ ਵੀ ਉਹਨਾਂ ਹੀ ਰੋਬ ਰੱਖਣਾ ਪੇਕੇ ਘਰ ਵੀ ਉਹਨਾਂ ਹੀ ਰੋਬ ਰੱਖਣਾ ਕਹਿਣੀਆਂ ਸਪੈਸ਼ਲੀ ਵੀ ਮੇਰੇ ਫਲਾਣੇ ਫੰਕਸ਼ਨ ਤੇ ਜਾਂ ਮੇਰੇ ਫਲਾਣੇ ਦਿਨ ਮੈਨੂੰ ਇੰਨਾ ਆਉਣਾ ਚਾਹੀਦਾ ਮੈਨੂੰ ਤੁਸੀਂ ਆ ਕਰਕੇ ਲੈ ਕੇ ਆਏ ਹੋ ਹਨਾ ਜੇ ਕਈ ਵਾਰ ਕੱਪੜਾ ਲੀਣਾ ਵੀ ਆਪਣੀ ਮਨਪਸੰਦ ਦਾ ਬੰਦਾ ਆਪ ਖਰੀਦ ਕੇ ਰੱਖ ਕੇ ਆਉਂਦਾ ਵੀ ਨਹੀਂ ਪਰਝਾਈ ਦੀ ਪਸੰਦ ਦਾ ਨਹੀਂ ਲੈਣਾ ਮੈਂ ਆਪਣੀ ਪਸੰਦ ਤੁਸੀਂ ਮੈਨੂੰ ਦੇਣਾ ਤੇ ਆਪਣੀ ਪਸੰਦ ਦਾ ਮੈਂ ਹੀ ਖਰੀਦ ਕੇ ਰੱਖ ਕੇ ਆਉਂਗੀ ਹਨਾ ਜਦੋਂ ਉਸੇ ਘਰੋਂ ਗਾਹ ਉਹਨਾਂ ਦੀ ਧੀ ਨੂੰ ਜਾਣਾ ਹੁੰਦਾ ਤੇ ਉੱਥੇ ਵੀ ਸਾਨੂੰ ਹੁੰਦਾ ਵੀ ਨਹੀਂ ਇੰਨੇ ਦੀ ਕਿ ਲੋਡ ਆ ਇਹਨੂੰ ਐ ਕਰ ਦੋ ਹਾਲਾਂਕਿ ਜਦੋਂ ਤੁਹਾਡੇ ਪੇਕੇ ਘਰੋਂ ਕੋਈ ਵੀ ਚੀਜ਼ ਆਉਂਦੀ ਆ ਤਾਂ ਉਹ ਚੀਜ਼ ਕੁੜੀ ਦਾ ਸਾਰੇ ਪਰਿਵਾਰ ਦੇ ਵਿੱਚ ਮਾਣ ਵਧਾਉਂਦੀ ਆ ਹਨਾ ਉਹਨੂੰ ਵੀ ਲੱਗਦਾ ਹੁੰਦਾ ਕਿ ਮੇਰੇ ਪੇਕੇ ਆਏ ਨੇ ਹਨਾ ਜਾਂ ਪੇਕਿਆਂ ਦਾ ਆਪਾਂ ਨੂੰ ਚਾਹ ਹੁੰਦਾ ਵਾ ਤਾਂ ਉੱਥੇ ਫਿਰ ਤੁਸੀਂ ਆਪਦੇ ਘਰੋਂ ਜਦੋਂ ਲੈਣਾ ਪੇਕਿਆਂ ਤਾਂ ਤੁਸੀਂ ਸੋਚਦੇ ਹੋ ਕਿ ਓਨਾ ਹੀ ਆਵੇ ਜਿੰਨਾ ਮੈਂ ਸੋਚਦੀਆਂ ਬਲਕਿ ਉਸ ਤੋਂ ਵੱਧ ਆਵੇ ਪਰ ਜਦੋਂ ਤੁਸੀਂ ਦੇਣਾ ਫਿਰ ਤੁਸੀਂ ਉਹ ਵੀ ਉਹਨੇ ਖੁੱਲੇ ਦਿਲ ਜਾਂ ਖੁੱਲੇ ਹੱਥਾਂ ਨਾਲ ਦੋਵੋ ਹਨਾ ਬਿਲਕੁਲ ਗਰਦੀਪ ਅਸਲ 'ਚ ਨਾ ਦੇਖੋ ਹੁਣ ਜਦੋਂ ਮੰਨ ਲਓ ਜੇ ਮੇਰੇ ਕੋਈ ਨਨਾਨ ਹੋਵੇ ਹਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਹੈਗੀਆਂ ਨੇ ਕੁੜੀਆਂ ਜੇ ਮੰਨ ਲਓ ਕੋਈ ਵੀ ਰਖੜੀ ਦਾ ਤਿਹਾਰਾ ਜਾਂ ਕੋਈ ਵੀ ਦਿਨ ਆ ਹਨਾ ਜੇ ਮੈਂ ਉੱਥੇ ਸੋਚੂਗੀ ਵੀ ਨਹੀਂ ਮੈਂ ਅਸੀਂ ਤਾਂ 500 ਰੁਪਈਆ ਵੀ ਦੇ ਦਈਏ ਤਾਂ ਸਾਡਾ ਸਰ ਜੂਗਾ ਹਨਾ ਪਰ ਕੱਲ ਇਹ ਸੋਚੋ ਵੀ ਕੋਈ ਵੀ ਪਰਝਾਈ ਆ ਮੰਨ ਲਓ ਮੈਂ ਕਿਸੇ ਦੀ ਪਰਝਾਈ ਆ ਤੁਸੀਂ ਕਿਸੇ ਦੇ ਪਰਝਾਈ ਆ ਹੈਨਾ ਤਾਂ ਕੀ ਅਸੀਂ ਉਹ ਆਪਣੀ ਜੇਬ ਚੋਂ ਦੇਣਾ ਹੈਨਾ ਅਸੀਂ ਇੱਕ ਘਰ ਚ ਵਿਆਹ ਕੇ ਆਏ ਆ ਉਹਦੇ ਚ ਜੇ ਮੇਰਾ ਘਰ ਵਾਲਾ ਨੌਕਰੀ ਕਰਦਾ ਜਾਂ ਮੇਰੇ ਘਰ ਵਾਲਿਆਂ ਨੇ 4 ਕਿੱਲੇ ਜ਼ਮੀਨ ਵੇਖ ਕੇ ਮੈਨੂੰ ਉਹਦੇ ਨਾਲ ਵਿਆਹਾ ਤਾਂ ਜੇ ਉਹ ਕੱਲ ਨੂੰ ਆਪਣੇ ਪੈਣਾ ਛੱਡੋ ਕਿਸੇ ਭਰਾ ਦਾ ਵੀ ਕਰਦਾ ਜਾਂ ਕਿਸੇ ਵੀ ਰਿਸ਼ਤੇਦਾਰ ਦਾ ਕਰਦਾ ਜਾਂ ਫਿਰ ਜਿਵੇਂ ਦਿਨ ਸੋਤੇ ਆਪਣੀਆਂ ਭੈਣਾਂ ਨੂੰ ਦਿੰਦਾ ਤਾਂ ਕੀ ਉਹ ਮੇਰੀ ਜੇਬ ਚੋਂ ਜਾ ਰਿਹਾ ਨਹੀਂ ਨਾ ਜਾ ਰਿਹਾ ਸਗੋਂ ਮੈਨੂੰ ਤਾਂ ਉੱਥੇ ਇਹ ਲੱਗਦਾ ਹੁੰਦਾ ਵੀ ਤੁਸੀਂ ਸਹੁਰਿਆਂ ਦੇ ਪੈਸੇ ਚੋਂ ਹੀ ਇੰਨੇ ਖੁੱਲ੍ਹੇ ਦਿਲ ਨਾਲ ਆਪਣੀਆਂ ਨਨਾਨਾ ਨਾਲ ਜਦੋਂ ਵਰਤਦੇ ਹੋ ਨਾ ਤਾਂ ਮਾਣ ਉੱਤੇ ਤੁਹਾਡਾ ਵਾਧਾ ਹੈ ਨਾ ਘਰ ਚ ਜਿੰਨਾ ਮਰਜ਼ੀ ਰਿਜ਼ਕ ਹੋਵੇ ਜਿੰਨਾ ਮਰਜ਼ੀ ਪੈਸਾ ਹੋਵੇ ਪਰ ਘਰ ਚ ਹਮੇਸ਼ਾ ਤਾਰੀਫ ਕਿਸ ਚੀਜ਼ ਦੀ ਹੋਊਗੀ ਵੀ ਅਸੀਂ ਫਲਾਣੇ ਦੇ ਘਰ ਗਏ ਸੀ ਉਹਨਾਂ ਦੀ ਜਿਹੜੀ ਨੋ ਸੀ ਉਹਨੇ ਇੰਨਾ ਵਧੀਆ ਚਾਹ ਪਾਣੀ ਬੁਲਾਇਆ ਹਾਂ ਜਦਕਿ ਉਹ ਤੁਸੀਂ ਆਪਣੇ ਪੇਕਿਆਂ ਤੋਂ ਤਾਂ ਕੁਝ ਵੀ ਲਿਆ ਕੇ ਨਹੀਂ ਕਿਸੇ ਨੂੰ ਖਵਾ ਰਹੇ ਹਨ ਜੇ ਤੁਹਾਨੂੰ ਲੱਗਦਾ ਵੀ ਜਦੋਂ ਮੈਂ ਆਪਣੇ ਪੇਕੇ ਘਰ ਜਾਂਦੀ ਆ ਤਾਂ ਮੇਰੀ ਪਰਜਾਈ ਅੱਗੇ ਪਿੱਛੇ ਫਿਰੇ ਮੇਰੇ ਘਰ ਵਾਲੇ ਦਾ ਮਾਣ ਤਾਣ ਹੋਵੇ ਉਹ ਵਾਹ ਵਾਹ ਕਰ ਉਠੇ ਵੀ ਜਵਾਈ ਦੀ ਕਿੰਨੀ ਇੱਜ਼ਤ ਹੋਈ ਹੈ ਨਾ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਬੰਦਾ ਤੁਹਾਡੇ ਘਰੇ ਆ ਰਿਹਾ ਤੁਹਾਡੇ ਨਨਾਨ ਜਦੋਂ ਆਪਣੇ ਪੇਕੇ ਆ ਰਿਹਾ ਉਹਦੀ ਵੀ ਇਹੀ ਰੀਜ਼ ਹੁੰਦੀ ਹੋਣੀ ਮਨਚਾ ਹੈ ਨਾ ਤਾਂ ਅਸੀਂ ਮਤਲਬ ਦੇਣਾ ਕਿਤੋਂ ਹੋਰ ਹੁੰਦਾ ਪਰ ਅਸੀਂ ਸਾਹਮਣੇ ਹੱਥ ਕੁਟ 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 ਕੇ ਐਦਾਂ ਆਪਣੀ ਬੇਇੱਜ਼ਤੀ ਮੈਨੂੰ ਲੱਗਦਾ ਜ਼ਿਆਦਾ ਕਰਵਾ ਲੰਨੇ ਆ ਹੈ ਨਾ ਤੇ ਇਹ ਕੱਲੀ ਸਾਡੇ ਨਹੀਂ ਹੁੰਦੀ ਜਦੋਂ ਵੀ ਕਿਸੇ ਦੀ ਨੋ ਕੋਈ ਗੱਲ ਕਰਦੀ ਆ ਜਾਂ ਕੋਈ ਵੀ ਗੱਲ ਅਗਲਾ ਕਹਿੰਦਾ ਮਾਪਿਓ ਨੇ ਆਏ ਇੰਨੀ ਕੀ ਮਤ ਦਿੱਤੀ ਹੋਈ ਆ ਹੈ ਨਾ ਇਹ ਤੁਹਾਡੇ ਪਿੱਛੇ ਤੇ ਵੀ ਜਾ ਕੇ ਧੱਕਦੀ ਆ ਜਦੋਂ ਕੋਈ ਦੋਨਾਂ ਹੱਥਾਂ ਨਾਲ ਕਰਦੀ ਆ ਫਿਰ ਅਗਲਾ ਕਹਿੰਦਾ ਕਿੰਨੇ ਸੋਹਣੇ ਅਕਲ ਦੇ ਕੇ ਭੇਜਿਆ ਨਾ ਵੀ ਇਹਦੇ ਪਿੱਕੇ ਵੀ ਵਧੀਆ ਵਰਤਦੇ ਹੋਣਗੇ ਲੋਕਾਂ ਨਾਲ ਵੀ ਤਾਂ ਹੀ ਧੀ ਇੰਨਾ ਵਰਤ ਰਹੀ ਆ ਤਾਂ ਮੈਨੂੰ ਲੱਗਦਾ ਵੀ ਇੰਨਾ ਕੁ ਕੁਸ਼ ਕਰਨ ਤੇ ਤੁਹਾਨੂੰ ਕੋਈ ਖਾਸ ਫਰਕ ਨਹੀਂ ਪੈਣਾ ਚਾਹੀਦਾ ਮੈਨੂੰ ਲੱਗਦਾ ਨਾ ਅਸਲ ਦੇ ਵਿੱਚ ਰਿਸ਼ਤਾ ਜਿਹੜਾ ਦੇਣ ਲੈਣ ਨਾਲੋਂ ਵੀ ਨਾ ਇੱਕ ਦੂਜੇ ਨੂੰ ਤੁਸੀਂ ਪਿਆਰ ਨਾਲ ਬਣਾਉਂਦੇ ਰਹੋ ਘਰ ਆਏਗਾ ਤੇ ਤੁਸੀਂ ਮਾਨਸਤਕਾਰ ਕਰੋ ਹੁਣ ਜਿਵੇਂ ਮੈਂ ਮੇਰੇ ਪਿੱਕੇ ਲੁਧਿਆਣੇ ਨੇ ਨਾ ਲੁਧਿਆਣੇ ਦੇ ਅਸੀਂ ਆਸ-ਪਾਸ ਦੇ ਕਿਸੇ ਵੀ ਪਿੰਡ 'ਚ ਹੋਈਏ ਜਾਂ ਆਲੇ-ਦੁਆਲੇ ਕਿਤੇ ਆਪਾਂ ਸ਼ੂਟ ਕਰਨ ਲਈ ਵੀ ਗਏ ਹੋ ਜੇ ਮੇਰੀ ਭਾਬੀ ਨੂੰ ਪਤਾ ਹੋਵੇ ਵੀ ਦੀਦੀ ਹੁਣ ਇੱਧਰ ਆਏ ਹੋਏ ਨੇ ਨਾ ਉਨੇ ਕਿ ਉਹਨੇ ਹਲਕਾ ਜਿਹਾ ਮੈਸੇਜ ਕਰਨਾ ਹੁੰਦਾ ਦੀਦੀ ਤੁਸੀਂ ਕਰਿਓਂਗੇ ਜੇ ਤੁਸੀਂ ਕਰੇ ਆ ਜੋ ਜਾਂ ਅੱਜ ਰਾਤ ਤੁਸੀਂ ਇੱਥੇ ਪਿੰਡ ਰਹਿ ਕੇ ਜਾਇਓ ਨਾ ਚਾਹੇ ਮੈਂ ਰਹਿਣਾ ਚਾਹੇ ਮੈਂ ਨਹੀਂ ਰਹਿਣਾ ਹਨਾ ਉਹ ਇੱਕ ਜਿਹੜਾ ਉਹਨਾਂ ਦਾ ਛੋਟਾ ਜਿਹਾ ਮੈਸੇਜ ਹੁੰਦਾ ਨਾ ਵੀ ਦੀਦੀ ਤੁਸੀਂ ਰੁਕੋਗੇ ਅੱਜ ਨਹੀਂ ਅੱਜ ਤਾਂ ਫਿਰ ਤੁਸੀਂ ਰਹੀ ਪਿਓ ਹਨਾ ਤਾਂ ਉਹ ਤੁਹਾਨੂੰ ਕਿੰਨਾ ਮਤਲਬ ਚਾਹ ਹੁੰਦਾ ਜਾਂ ਕਿੰਨੀ ਖੁਸ਼ੀ ਹੁੰਦੀ ਆ ਵੀ ਨਹੀਂ ਯਾਰ ਤੁਹਾਡੇ ਮਾਂ-ਬਾਪ ਤੋਂ ਬਿਨਾਂ ਵੀ ਤੁਹਾਨੂੰ ਉਸ ਘਰੇ ਕੋਈ ਅੜੀਕ ਰਿਹਾ ਵਾ ਹਨਾ ਤਾ ਫਿਰ ਮੇਰਾ ਕਿਵੇਂ ਹੈ ਆਪੇ ਆਜੂਗਾ ਵੀ ਮੈਂ ਆਪਦੀ ਪਰਜਾਈ ਦਾ ਉਹ ਨਾ ਕਰਾਂ ਹੈਨਾ ਸੋ ਦੋਨਾਂ ਪਾਸਿਓਂ ਸੋ ਉਹੀ ਤਰੀਕਾ ਇਹ ਆ ਵੀ ਜੇ ਮੈਂ ਉਹਦਾ ਕਰੂੰਗੀ ਤਾਂ ਉਹ ਮੇਰਾ ਕਰੂਗੀ ਜੇ ਉਹ ਮੇਰਾ ਕਰੂਗੀ ਤਾਂ ਮੈਂ ਉਹਦਾ ਕਰੂੰਗੀ ਹਾਂ ਬਿਲਕੁਲ ਯਕੀਨਨ ਤੋਂ ਜਿਵੇਂ ਹੁਣ ਉਹਨਾਂ ਦੀ ਬਹੁਤ ਛੋਟੀ ਉਮਰ ਸੀ ਜਦੋਂ ਸਾਡੇ ਘਰੇ ਆਏ ਨੇ ਨਾ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਰਸੋਈ ਦਾ ਕੋਈ ਕੰਮ ਹੋ ਗਿਆ ਜਾਂ ਉਹਦਾ ਕੋਈ ਕੋਈ ਵੀ ਚੀਜ਼ਾਂ ਹੈਨਾ ਕੋਈ ਵੀ ਗੱਲ ਹੈਨਾ ਜਦੋਂ ਜੀ ਉਹਨਾਂ ਨੂੰ ਨਹੀਂ ਪਤਾ ਹੁੰਦੀ ਸੀ ਤਾਂ ਉਹ ਕਹਿ ਦਿੰਦੇ ਸੀਗੇ ਤਾਂ ਅੱਗੋਂ ਕਿਸੇ ਨੇ ਵੀ ਉਹਨਾਂ ਨੂੰ ਕਦੇ ਇਹ ਨਹੀਂ ਸੀ ਕਿ ਵੀ ਤੈਨੂੰ ਆਉਣੀ ਨਹੀਂਗੀ ਜੇ ਤੈਨੂੰ ਕਿਸੇ ਨੇ ਸਿਖਾਇਆ ਨਹੀਂ ਹੈਗਾ ਸ਼ਾਇਦ ਜੀ ਉਹਨਾਂ ਨੂੰ ਕੋਈ ਇਹ ਕਹਿੰਦਾ ਤਾਂ ਫਿਰ ਉਹ ਕਹਿਣਾ ਵੀ ਬੰਦ ਕਰ ਦਿੰਦੇ ਹਨਾ ਇੱਕ ਵਾਰ ਮੈਨੂੰ ਯਾਦ ਆ ਮਮੀ ਜਵਾਬ ਦੇ ਸੀਗੇ ਤਾਂ ਭਾਬੀ ਉਹਨਾਂ ਦੇ ਪੇਕੇ ਪਰਿਵਾਰ ਚੋਂ ਕੋਈ ਰਿਸ਼ਤੇਦਾਰ ਪਿੱਲੀ ਵੀਰੀ ਆਇਆ ਸੀਗਾ ਸਾਡੇ ਘਰੇ ਉਹਨਾਂ ਦੇ ਵਿਆਹ ਤੋਂ ਬਾਅਦ ਤੇ ਅਸੀਂ ਦੋਨਾਂ ਨੇ ਉਹਨਾਂ ਨੂੰ ਰੋਟੀ ਪਾਣੀ ਆ ਵਧੀਆ ਖਵਾ ਤਾ ਜੋਕਾਰ ਪਿਆਰ ਬਣਦਾ ਸੀ ਉਹ ਵੀ ਕਰਤਾ ਹਨਾ ਮਮੀ ਬਾਅਦ ਚੋਂ ਆ ਕੇ ਬਹੁਤ ਹੈਰਾਨ ਹੋਏ ਕਿਉਂਕਿ ਮੈਂ ਕਿਹਾ ਵੀ ਤੁਸੀਂ ਰੋਟੀ ਬਣਾ ਲਓਗੇ ਕਹਿੰਦੇ ਮੈਂ ਰੋਟੀ ਬਣਾ ਲੂੰਗੀ ਇਹਨਾਂ ਨੇ ਉਹਨੂੰ ਸਬਜੀ ਦਾਲ ਚਲੇ ਉਹਨਾਂ ਦਾ ਇੰਨਾ ਹੱਥ ਸਾਫ਼ ਨਹੀਂ ਸੀਗਾ ਉਦੋਂ ਸਬ지ਆਂ ਨਾਲ ਮੈਂ ਬਣਾ ਦਿਆਂ ਨਾ ਤੇ ਜਿੰਨਾ ਵੀ ਸਾਤੋਂ ਜੋ ਵੀ ਸਰਿਆ ਅਸੀਂ ਉਹਨਾਂ ਨੂੰ ਰੋਟੀ ਬਣਾ ਕੇ ਖਿਲਾ ਕੇ ਪੇਜਤਾ ਨਾ ਤੇ ਇੰਨਾ ਕੀ ਹੁੰਦਾ ਵਾ ਮੈਨੂੰ ਲੱਗਦਾ ਕੀ ਲੱਗਣਾ ਹੁੰਦਾ ਉੱਥੇ ਨਾ ਉਹਦਾ ਕੋਈ ਮੁੱਲ ਲੱਗਿਆ ਨਾ ਮੇਰਾ ਕੋਈ ਥੇਲਾ ਖਰਚ ਹੋਇਆ ਹਨਾ ਉੱਥੇ ਬਸ ਇਹ ਸੀਗੀ ਵੀ ਤੁਸੀਂ ਉਹਦੇ ਪਰਿਵਾਰ ਦੀ ਉਹਦੇ ਰਿਸ਼ਤੇਦਾਰਾਂ ਦੀ ਆਏਗੇ ਦੀ ਉਨੀ ਹੀ ਕਦਰ ਕਰੋ ਜਿੰਨੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਹੁਰੇ ਪਰਿਵਾਰ ਚ ਤੁਹਾਡੇ ਪੇਕੇ ਪਰਿਵਾਰ ਦੀ ਹੋਵੇ ਹਨ ਸੋ ਕਈ ਕੁੜੀਆਂ ਆਪਦੇ ਸਹੁਰੇ ਘਰ ਜਾ ਕੇ ਜਦੋਂ ਉਹਨਾਂ ਦੇ ਪੇਕੇ ਨੇ ਆਉਣਾ ਹੁੰਦਾ ਜਾਂ ਉਹਦੇ ਕਿਸੇ ਪੇਕੇ ਪਰਿਵਾਰ ਚੋਂ ਕਿਸੇ ਵੀ ਰਿਸ਼ਤੇਦਾਰ ਨੇ ਆਉਣਾ ਹੁੰਦਾ ਬੜਾ ਚਾਅ ਕਰਦੀਆਂ ਨੇ ਪਰ ਉੱਥੇ ਜਦੋਂ ਕਿਸੇ ਉਹਦੀ ਨਣਦ ਨੇ ਆਉਣਾ ਹੁੰਦਾ ਜਾਂ ਨਣਦੇ ਦੇ ਸਹੁਰੇ ਪਰਿਵਾਰ ਚੋ ਕਿਸੇ ਇੱਕ ਮੈਂਬਰ ਨੇ ਆਉਣਾ ਹੁੰਦਾ ਫੇਰ ਅਸੀਂ ਸਮਝਦੇ ਨਹੀਂ ਕਿ ਵੀ ਸਾਨੂੰ ਇੰਨਾ ਕਰਨ ਦੀ ਲੋੜ ਹੈ ਹਨ ਤੁਸੀਂ ਉਹ ਚੀਜ਼ਾਂ ਕਰੋ ਜੋ ਤੁਸੀਂ ਆਪਣੇ ਲਈ ਸੋਚਦੇ ਹੋ ਦੂਜਿਆਂ ਲਈ ਉਹ ਕਰੋਗੇ ਤਾਂ ਸਾਰਾ ਕੁਝ ਮਿਲਨ ਦਾ ਵਧੀਆ ਹੋ ਜਾਊਗਾ ਮੇਰੇ ਨਾਲ ਤਾਂ ਗਿਰਦੀਪ ਇੱਕ ਵਕਤ ਤੇ ਆਪਾਂ ਸਭ ਕੁਝ ਆ ਹਨਾ ਹੁਣ ਮੈਂ ਕਿਸੇ ਦੀ ਨਨਦ ਵੀ ਆ ਤੇ ਕਿਸੇ ਦੀ ਪਰਜਾਈ ਵੀ ਆ ਹਨਾ ਤਾਂ ਜਦੋਂ ਮੈਂ ਆਪਣੀ ਪਰਜਾਈ ਨਾਲ ਵਰਤਣਾ ਤਾਂ ਮੈਨੂੰ ਲੱਗਦਾ ਵੀ ਮੈਨੂੰ ਉਹ ਸੋਚ ਲੈਣਾ ਚਾਹੀਦਾ ਵੀ ਮੇਰੀਆਂ ਨਣਾਂ ਦਾ ਮੈਨੂੰ ਐਵੇਂ ਰੱਖਣਾ ਹੈ ਨਾ ਤੇ ਜਦੋਂ ਮੈਂ ਇੱਕ ਨਨਾਨ ਬਣ ਜਾਂਦੀ ਆ ਫਿਰ ਮੈਨੂੰ ਲੱਗਦਾ ਆਂਦਾ ਵੀ ਮੈਨੂੰ ਉਹ ਭੂਮੇਗਾ ਵੀ ਬਹੁਤ ਸੋਹਣੀ ਨਿਵਾ ਲੈਣੀ ਚਾਹੀਦੀ ਆ ਵੀ ਹਾਈ ਮੇਰੀਆਂ ਨਣਾਨਾਂ ਮੈਨੂੰ ਇੰਨਾ ਕਰਦੀਆਂ ਨੇ ਤੇ ਮੈਂ ਆਪਣੀ ਪਰਚਾਈ ਦਾ ਵੀ ਉਨਾ ਹੀ ਕਰਾਂ ਹੈ ਨਾ ਤਾਂ ਮੇਰੇ ਨਾਲ ਤਾਂ ਫਿਰ ਰਿਸ਼ਤਾ ਬਹੁਤ ਸੋਹਣਾ ਬਾਕੀ ਚੀਜ਼ ਰਹੀ ਵੀ ਐਡੇ ਕੋਈ ਖਾਸ ਮਸਲੇ ਨਹੀਂ ਹੈਗੇ ਨਾ ਸੀ ਜਾਇਦਾਦ ਵੰਡਣੀਆ ਨਾ ਸੀ ਮਤਲਬ ਇੱਕ ਦੂਜੇ ਦੇ ਘਰ ਚੋਂ ਤਮਾਮ ਉਮਰ ਲੈ ਕੇ ਹੀ ਖਾਣਾ ਹਨਾ ਸਿਰਫ ਜਿਵੇਂ ਤੁਸੀਂ ਕਿਹਾ ਵੀ ਲੈਣ ਦੇਣ ਤੇ ਵੀ ਸਾਰੀ ਗੱਲ ਨਹੀਂ ਖੜੀ ਸਿਰਫ ਇੱਕ ਦਿਨ ਸੁਧ ਹੁੰਦੇ ਆ ਹਾਂ ਜਦੋਂ ਤੁਹਾਨੂੰ ਕੋਈ ਅਜ਼ੀਜ਼ ਬਹੁਤ ਕੁਝ ਦੇ ਕੇ ਜਾਂਦਾ ਤਾਂ ਤੁਸੀਂ ਵੀ ਅੱਗੇ ਉਨੇ ਹੱਥ ਨਾਲ ਹੀ ਵੰਡੋ ਇਹ ਨਹੀਂ ਵੀ ਤੁਸੀਂ ਕਹੋ ਵੀ ਮੇਰੇ ਘਰੇ ਆਉਂਦਾ ਰਵੇ ਤੇ ਮੇਰੇ ਕਰੋ ਕਿਸੇ ਦੇ ਘਰੇ ਨਾ ਜਾਵੇ ਹਨਾ ਤਾਂ ਮੈਨੂੰ ਲੱਗਦਾ ਇੱਜ਼ਤ ਤੁਹਾਡੀ ਵੀ ਉਨੇ ਵੱਡੇ ਹੁੰਦੀ ਹੈ ਬਿਲਕੁਲ ਜੇ ਤੁਸੀਂ ਕਰੋ ਇਹ ਵਧੀਆ ਸਰਦੀ ਪੁੱਜਦੇ ਹੋ ਤੁਸੀਂ ਦੇ ਸਕਦੇ ਹੋ ਕਿ ਉਸ ਨੂੰ ਤਾਂ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਨਾ ਨਹੀਂ ਘਟੂ ਘਟ ਮਾਨ ਸਤਕਾਰਤਾ ਦਾ ਕੋਈ ਖਰਚਾ ਨਹੀਂਗਾ ਹਨਾ ਨਾਲੇ ਆਪਾਂ ਜਿਵੇਂ ਸ਼ੁਰੂ ਚ ਹੀ ਕਿਹਾ ਵੀ ਜਦੋਂ ਆਪਾਂ ਕਿਸੇ ਘਰ ਦੀਆਂ ਕੁੜੀਆਂ ਹੁੰਨੀਆਂ ਨਾ ਆਪਾਂ ਨੂੰ 6 ਮਹੀਨੇ ਬਾਅਦ ਕਿਸੇ ਨੇ ਸੰਧਾਰਾ ਦੇਣ ਵੀ ਹੋਣਾ ਹੁੰਦਾ ਆਪਾਂ ਚਾਹੇ ਫਾਰਮੈਲਟੀ ਨਾਲਾ ਮੇਲਾ ਤਾਂ ਦੁਨੀਆ ਦੀ ਹਰ ਕੁੜੀ ਕਹਿੰਦੇ ਨੇ ਮम्मी ਤੰਗ ਨਾ ਹੋਇਓ ਜਿੰਨਾ ਕਿ ਸਰੂ ਉਹਨਾਂ ਦੇ ਜਿਓ ਹਨਾ ਤਾਂ ਇਹ ਤਾਂ ਇਹੀ ਆ ਵੀ ਪੇਕ ਕੇ ਸੱਚੀ ਪਰਜਾਈਆਂ ਨਾਲ ਹੁੰਦੇ ਆ ਤੇ ਭਰਜਾਈਆਂ ਨੂੰ ਵੀ ਚਾਹੀਦਾ ਵੀ ਨਨਾਨਾ ਦਾ ਮੋਹ ਕਰਨ ਜਿਵੇਂ ਹੁਣ ਆ ਮਹੀਨੇ ਜਿਹੜੇ ਆਉਣ ਵਾਲੇ ਨੇ ਮੈਨੂੰ ਲੱਗਦਾ ਵੀ ਵੱਧ ਤੋਂ ਵੱਧ ਦੇ ਕੇ ਆਇਓ ਇਹ ਕਿਤੇ ਤੁਸੀਂ ਬਹਾਨੇ ਦੇ ਨਾਲ ਤਾਂ ਨਹੀਂ ਕਿਹਾ ਨਹੀਂ ਮੇਰੇ ਤਾਂ ਬਹੁਤ ਦੇ ਜਾਂਦੇ ਆ ਹਨਾ ਬਿਲਕੁਲ ਤੇ ਇੱਕ ਜਿਹੜੀ ਮੁੱਖ ਦੀ ਗੱਲ ਇਹ ਆ ਵੀ ਪਿੱਛੇ ਦਾ ਧਿਆਨ ਘੱਟ ਕਰ ਜਦੋਂ ਤੁਸੀਂ ਵਹਿ ਕੇ ਦੂਜੇ ਘਰੇ ਚਲੇਗੇ ਤਾਂ ਆਪਣੇ ਘਰ ਬਾਰੇ ਆਪਣੀਆਂ ਜ਼ਿੰਮੇਵਾਰੀਆਂ ਸੋਚੋ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੇ ਰਿਸ਼ਤੇ ਇਸ ਗੱਲੋਂ ਵੀ ਟੁੱਟ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਵੀ ਨਣ ਦੇ ਵਿਆਹ ਕੇ ਘਰੋਂ ਚਲੇ ਵੀ ਗਈ ਪਰ ਤਾਂ ਵੀ ਉਹਦੀ दखਲ ਅੰਦਾਜ਼ੀ ਉਨੀ ਹੀ ਆ ਪਿੱਕੇ ਪਰਿਵਾਰ ਦੇ ਵਿੱਚ ਹੁਣ ਤੁਹਾਡਾ ਪਰਿਵਾਰ ਸਾਹਮਣੇ ਲਈ ਤੁਹਾਡੀ ਭਰਜਾਈ ਆ ਗਈ ਆ ਬਹੁਤ ਸਾਰੇ ਡਿਸੀਜਨ ਉਹਨੂੰ ਆਪਣੇ ਅਨੁਸਾਰ ਲੈ ਲੈਣੇ ਚਾਹੀਦੇ ਨੇਗੇ ਤਾਂ ਤੁਸੀਂ ਆਪਾਂ ਆਪਣੇ ਆਪਣੇ ਘਰ ਬਾਰੇ ਸੋਚੀਏ ਹੈਨਾ ਸੋ ਅੱਜ ਦੇ ਪ੍ਰੋਗਰਾਮ ਵਿੱਚ ਮੇਨੂੰ ਲੱਗਦਾ ਇੰਨਾ ਹੀ ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਸੁਝਾਵਾਂ ਦੀ ਅਸੀਂ ਤੁਹਾਡੇ ਐਕਸਪੀਰੀਅੰਸ ਜੋ ਤੁਹਾਡੇ ਤਜਰਬੇ ਨੇ ਇਸ ਰਿਸ਼ਤੇ ਨੂੰ ਲੈ ਕੇ ਉਨ੍ਹਾਂ ਦੀ ਉਡੀਕ ਕਰਾਂਗੇ ਤੁਸੀਂ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਸਾਂਝੇ ਕਰ ਸਕਦੇ ਹੋ ਮੈਨੂੰ ਗੁਰਦੀਪ ਗਰੇਵਾਲ ਨੂੰ ਪੰਨ ਰੋਪਿੰਦਰ ਸੰਧੂ ਨੇ ਇਜਾਜ਼ਤ ਦੇ ਦਿਓ ਸੱਚਾ